ਸੁਮੇਰ ਸਿੰਘ ਸੈਣੀ ਦੇ ਸਾਰੇ ਖਾਸਮ ਖਾਸ ਹੋ ਤੁਸੀਂ ਸਾਰੇ। ਉਹਨਾਂ ਨੇ ਗਲਤ ਕੰਮ ਵੀ ਬਹੁਤ ਕੀਤੇ, ਗਰੇਵਾਲ ਨੇ ਕਿਹੜਾ ਗਲਤ ਕੰਮ ਨਹੀਂ ਕੀਤਾ, ਸ਼ਿਵ ਕੁਮਾਰ ਨੇ ਕਿਹੜਾ ਗਲਤ ਕੰਮ ਨਹੀਂ ਕੀਤਾ, ਤਾਂ ਹੀ ਉਹ ਜੇਲ੍ਹਾਂ 'ਚ ਹੈਗੇ ਨੇ। ਈਵਨ ਤੁਸੀਂ ਜੇਲ੍ਹ ਕੱਟ ਕੇ ਆਏ ਹੋ, ਜਾਤੀਆਂ ਸਭ ਨੇ ਕੀਤੀਆਂ। ਅਸੀਂ ਮਾਨੋ ਫਿਰ ਜਦੋਂ ਵੱਡੇ ਅਫਸਰ ਸਾਨੂੰ ਫਸਾਉਣ ਲਈ ਮਗਰ ਲੱਗ ਜਾਣ ਵੀ ਇਹਨੂੰ ਫਸਾਉਣਾ, ਫਿਰ ਤੁਹਾਡੀ ਕੋਈ ਦਲੀਲ ਨਹੀਂ, ਕੋਈ ਅਪੀਲ ਨਹੀਂ। ਜਿਹੜੇ ਕਰਾਉਣ ਵਾਲੇ ਨੇ ਨਾ, ਉਹ ਸਿਰੇ ਤੱਕ ਜਾਂਦੇ ਨੇ ਅਖੀਰ ਤੱਕ। ਤੁਸੀਂ ਇਹ ਕਹਿੰਦੇ ਵੀ ਸੀ ਅਫਸਰਾਂ ਦੇ ਕਹੇ 'ਤੇ ਕੀਤਾ ਵੀ ਕੀ ਕੋਈ ਡਾਕੂ ਹੈ, ਐਟਲੀਸਟ ਸਾਨੂੰ ਉਹਨਾਂ ਰਾਈਟ ਦਾ ਹੈਗਾ ਸਾਡੀ ਗੱਲ ਤਾਂ ਸੁਣੀ ਜਾਏ। ਮਾੜੇ ਕੰਮ ਤਾਂ ਕੀਤੇ ਨਾ ਅਫਸਰਾਂ ਨੇ, ਤੁਸੀਂ ਪ੍ਰੋਟੈਕਸ਼ਨ ਪਾਲਦੇ ਸੀ ਕਿਉਂਕਿ ਪਹਿਲਾਂ ਕਿਸੇ ਟਾਈਮ 'ਤੇ ਤੁਹਾਨੂੰ ਲੋਕਾਂ ਨੂੰ ਪ੍ਰੋਟੈਕਸ਼ਨ ਮਿਲਿਆ ਕਰਦੇ ਸੀ। ਕੀ ਕੰਮ ਅਸੀਂ ਆਪਣਾ ਕੋਈ ਨਹੀਂ ਕੀਤਾ, ਕੋਈ ਆਪਣੇ ਪਿਓ ਦਾ ਬਦਲਾ ਲੈਂਦੇ ਹਾਂ। ਇਸ ਬੰਦੇ ਦੀ ਜਿੱਥੇ ਤੱਕ ਚੱਲਦੀ ਹੈ ਉਹ ਦੂਜੇ ਬੰਦੇ ਨੂੰ ਖਤਮ ਕਰਨ ਲਈ ਚਲਾਉਂਦਾ। ਆਪਾਂ ਵੀ ਅੱਜ ਜਿਹੜੇ ਬੈਠੇ ਗੱਲਾਂ ਕਰ ਰਹੇ ਹਾਂ ਨਾ, ਗੱਲਾਂ ਆਪਣੇ ਤੋਂ ਵੀ ਨਹੀਂ ਹੋਣੀਆਂ। ਇਹ ਲੋਕਾਂ ਦੀ ਯਾਦਾਸ਼ਤ ਬਹੁਤ ਛੋਟੀ ਹੈ, ਬੜੀ ਛੇਤੀ ਇਹ ਭੁੱਲ ਜਾਂਦੇ ਨੇ। ਤੁਸੀਂ 92 'ਚ ਯਾਦ ਕਰੋ, ਕੋਈ ਬੰਦਾ ਆਪਣੇ ਆਪ ਨੂੰ ਸੇਫ ਸਮਝਦਾ ਸੀ? ਕਸਟਡੀਆਂ 'ਚ ਟੋਰਚਰ ਕਰ ਕਰਕੇ ਮਾਰਤੇ ਅਤੇ ਉਸ ਤੋਂ ਬਾਅਦ ਲਾਸ਼ਾਂ ਨਹੀਂ ਲੱਭਦੀਆਂ। ਬਥੇਰੇ ਹੋਰ IPS ਅਫਸਰ ਨੇ ਜਿਨ੍ਹਾਂ ਨੇ ਚੰਗੀ ਲੜਾਈ ਵੀ ਲੜੀ ਹੋਣੀ ਹੈ ਨਾ, ਕਿ ਸਾਰਿਆਂ ਦੀ ਲੜਾਈਆਂ ਇਹੋ ਜਿਹੀਆਂ ਸੀਗੀਆਂ। ਤੁਸੀਂ ਦੇਖਿਆ ਨਾ ਵੀ ਕਿਸ ਲੈਵਲ ਤੱਕ ਜਾ ਰਹੇ ਆਪਾਂ। ਹਾਈਕੋਰਟ ਨੇ ਕਹਿ ਤਾ ਵੀ ਸੁਮੇਰ ਸਿੰਘ ਸੈਣੀ ਤਾਂ ਜੱਜਾਂ ਦੀ ਰਿਕਾਰਡਿੰਗ ਤੱਕ ਕਰਦਾ ਸੀਗਾ, ਹਾਈਕੋਰਟ ਦਾ ਆਰਡਰ ਕਹਿੰਦਾ ਹੈਗਾ। ਤੁਸੀਂ ਫੈਕਟ ਦੱਸੋ, ਹੁਣ ਮੈਂ ਸੈਣੀ ਦੇ ਖਿਲਾਫ਼ ਬੋਲਿਆ, ਸੁਮੇਰ ਸਿੰਘ ਸੈਣੀ ਪ੍ਰਧਾਨ ਮੰਤਰੀ ਤਾਂ ਹੈ ਨਹੀਂ ਸੀ ਉਦੋਂ ਜਦੋਂ ਜੱਜਾਂ ਦੇ ਹੋਣ ਡੇਪ ਹੋਏ ਨੇ। ਉਹ 37 ਸੀਟੀਆਂ ਬਣੀਆਂ ਹੋਈਆਂ ਅਜੇ ਵੀ, ਜਿਨ੍ਹਾਂ ਦਾ ਇੱਕ ਸਾਰਾ ਸੈੱਟ ਕੋਰੀਅਰ ਕਰਾ ਕੇ ਚੀਫ ਜਸਟਿਸ ਇੰਡੀਆ ਨੂੰ ਭੇਜਿਆ ਗਿਆ ਸੀ। ਕਿਹਨੇ ਭੇਜੀਆਂ ਸੀ? ਸੈਣੀ ਸਾਹਿਬ ਨੇ ਇੱਥੇ ਕੋਰੀਅਰ 37 ਸੀੜੀਆਂ ਸੀ, ਉਹਦੇ ਵਿੱਚ ਜੱਜਾਂ ਦੀ ਰਿਕਾਰਡਿੰਗ, ਪੈਸਿਆਂ ਦਾ ਲੈਣ ਦੇਣ, ਕਿਤੇ ਕਿਤੇ ਨਾ ਸਿੱਧਾ ਡਾਇਰੈਕਟ ਹੋਇਆ। ਹਰ ਇੱਕ ਬੰਦੇ ਨਾਲ ਜਿਹੜੀ ਸੌਦਾ ਬੇਲ ਦਾ ਬਰੀ ਦਾ ਉਹ ਕਰਦਾ ਸੀ, ਉਹਦੀ ਫੋਨ ਰਿਕਾਰਡ ਕਰਦੇ ਸੀ। ਉਹ ਰਿਕਾਰਡ ਇਹਨਾਂ ਕੋਲ ਹੈ। ਸੈਣੀ ਦੇ ਉੱਤੇ ਉਦੋਂ ਬੜੇ ਅਫਸਰ ਸੀਗੇ, ਉਦੋਂ ਸੈਣੀ ਨੂੰ ਪਰਚਾ ਦੇ ਕੇ ਅੰਦਰ ਦੇਣ ਦੇ ਕਿਉਂ ਨਹੀਂ ਦਿੱਤਾ? ਖੇਡ ਲੈਂਦੇ ਉਦੋਂ, ਠੀਕ ਹੈ ਨਾ? ਉੱਤੇ ਪ੍ਰਧਾਨ ਮੰਤਰੀ ਵੀ ਬੈਠਾ, CBI ਵੀ ਬੈਠੀ ਹੈ, ਰਾਹ ਵੀ ਬੈਠੀ ਹੈ, ਫੜ ਲੈਂਦੇ ਉਦੋਂ ਜਿਹਨਾਂ ਨੂੰ ਪਤਾ ਸੀ ਵੀ ਇਹ ਰਿਕਾਰਡਿੰਗ ਕਰ ਰਿਹਾ। ਉਹ ਵੀ ਤਾਂ ਕਿਸੇ ਦੇ ਕਹੇ 'ਤੇ ਹੀ ਕਰ ਰਿਹਾ ਹੋਣਾ। ਉਹ ਜਿਹੜੀ ਰਿਕਾਰਡਿੰਗ ਮਸ਼ੀਨ ਸੀਗੀ ਉਹ 2 ਕਰੋੜ ਰੁਪਏ ਦੀ ਲਈ ਕਹਿੰਦੇ ਸੀ। ਦੇਖੋ, ਮਾੜੇ ਕੰਮ ਤਾਂ ਕੀਤੇ ਨਾ ਅਫਸਰਾਂ ਨੇ, ਹੁਣ ਠੀਕ ਹੈ ਤੁਸੀਂ ਆਪਣੇ ਤੋਂ ਗੱਲ ਨਹੀਂ ਲੈਂਦੇ, ਲੇਕਿਨ ਸ਼ਿਵ ਕੁਮਾਰ ਦਾ ਅਸੀਂ ਹੋਰ ਵੀ ਦੇਖੋ ਚਰਚਾਵਾਂ ਹੋਈਆਂ ਨੇ। ਸ਼ਿਵ ਕੁਮਾਰ ਦਾ ਰੋਲ, ਗਰੇਵਾਲ ਦਾ ਰੋਲ, ਉਹਦੇ ਬੇਟਾ ਡਕੈਤੀ 'ਚ ਫੜਿਆ ਜਾਂਦਾ, ਸਾਰੇ ਪੁੱਠੇ ਸਿੱਧੇ ਕੰਮ ਸੀ, ਅਤੇ ਫਿਰ ਸਜ਼ਾਵਾਂ ਕਿਉਂ ਨਹੀਂ ਹੋਣੀਆਂ ਸੀ? ਤੁਸੀਂ ਪ੍ਰੋਟੈਕਸ਼ਨ ਪਾਲਦੇ ਸੀ ਕਿਉਂਕਿ ਪਹਿਲਾਂ ਕਿਸੇ ਟਾਈਮ 'ਤੇ ਤੁਹਾਨੂੰ ਲੋਕਾਂ ਨੂੰ ਪ੍ਰੋਟੈਕਸ਼ਨ ਮਿਲਿਆ ਕਰਦੀ ਸੀ, ਇਹੀ ਪੁਲਿਸ ਅਫਸਰ ਤੁਹਾਨੂੰ ਕਦੇ ਨਾ ਕਦੇ ਬਚਾ, ਕਦੇ ਨਾ ਕਦੇ ਹਮੇਸ਼ਾ ਬਚਾਉਂਦੇ ਸੀ, ਨਾ ਕਰਦੇ ਸੀ? ਜੀ, ਕੰਮ ਅਸੀਂ ਆਪਣਾ ਕੋਈ ਨਹੀਂ ਕੀਤਾ, ਕੋਈ ਆਪਣੇ ਪਿਓ ਦਾ ਬਦਲਾ ਨਹੀਂ ਲਿਆ। ਜੋ ਇਹਨਾਂ ਨੇ ਕੰਮ ਕਿਹਾ ਉਹੀ ਕੀਤਾ। ਜੇ ਸ਼ਿਵ ਕੁਮਾਰ ਨੇ ਵੀ ਕੀਤਾ ਤਾਂ ਉਹ ਐਜ਼ ਏ ਇੰਸਪੈਕਟਰ ਕੀਤਾ। ਜਿਹੜੇ ਹਾਲਾਤਾਂ 'ਚ ਉਹਦੇ ਮੁੰਡੇ 'ਤੇ ਉਹ ਫਿਟਿੰਗ ਹੋਈ ਆ, ਮੈਨੂੰ ਉਹ ਵੀ ਪਤਾ ਸਾਰੀ। ਇਹ ਜਿਹੜਾ ਪ੍ਰਦੀਪ ਵਿਰਕ ਹੈ, ਇਹਦਾ ਸਾਡੂ ਹਾਈਕੋਰਟ ਦਾ ਜੱਜ ਹੈ। ਇਹਨਾਂ ਨੇ ਪਰਸਨਲੀ ਜਲੰਧਰ ਟਰਾਇਲ 'ਚੋਂ ਰਿੱਟ ਪਾ ਕੇ ਉਹਦਾ ਜਿਹੜਾ ਟਰਾਇਲ ਹੈ ਉਹ ਰੁਕਵਾ ਕੇ ਫਰੀਦਾਬਾਦ ਹਰਿਆਣੇ ਟ੍ਰਾਂਸਫਰ ਕਰਾਤਾ। ਫਰੀਦਾਬਾਦ ਉਹ ਜੱਜ ਸੀ ਜਿਹਨੇ KBS ਗਿੱਲ ਨੂੰ ਸਜ਼ਾ ਕੀਤੀ, ਦਰਸ਼ਨ ਸਿੰਘ, ਠੀਕ ਹੈ? ਉਹ ਕੋਈ ਐਵੇਂ ਨਹੀਂ ਫਰੀਦਾਬਾਦ ਕੇਸ ਚਲਾ ਗਿਆ, ਠੀਕ ਹੈ ਨਾ? ਉਹਦੇ ਮਗਰ ਕੋਈ ਤਾਕਤ ਹੈ, ਉਹਨੂੰ ਸਜ਼ਾ ਹੋਈ। ਇਹ ਮੁੰਡਾ ਤਾਂ ਜਿਹੜਾ ਡਕੈਤੀ ਵਾਲਾ, ਹੁਣ ਕਿਸੇ ਦਿਨ ਮੈਂ ਤਾਂ ਵਿਰਕਾ ਆਪਣੇ ਸਾਹਮਣੇ ਹੋ ਜਾਵਾਂਗੇ। ਇਹਨਾਂ ਨੇ ਮੈਨੂੰ ਦੱਸਿਆ ਵੀ ਆਈ ਬਾਅਦ ਕਮਿਸ਼ਨਰ ਬੰਬੇ, ਮੈਂ ਜਿਹੜੇ TV ਵਾਲੇ ਸਾਰੇ ਬਲਾਗ ਨਾਲ ਕਿਹਾ ਵੀ ਇੱਦਾਂ ਦਾ ਪੰਜਾਬ 'ਚ ਇੱਕ ਬੰਦੇ ਨੇ ਡਾਕਾ ਮੁੰਡੇ ਨੇ ਮਾਰਿਆ, ਉਹ SSP ਦਾ ਮੁੰਡਾ ਧੱਕਾ ਹੋ ਰਿਹਾ, ਉਹਨੂੰ ਛੱਡ ਰਹੇ। ਉਹ ਜਿਨ੍ਹਾਂ ਦੇ ਡਾਇਮੰਡ ਹੀਰੇ ਸੀਗੇ ਉਹ ਸੀਗੇ ਬੰਬੇ ਦੇ, ਉਹਨੂੰ ਬੁਲਾ ਕੇ ਉਹਦੇ ਡੰਡਾ ਦਿੱਤਾ ਵੀ ਜੇ ਤੂੰ ਕੰਪਰੋਮਾਈਜ਼ ਕੀਤਾ ਜਾਣਦਾ ਰਹੇਗਾ। ਉਹਨੂੰ 4 ਕਾਨਵੈਂਟ ਲਾ ਤੇ ਵੀ ਇਸ ਦਿਨ ਨਿਗਰਾਨੀ ਰੱਖਣੀ, ਹਰ ਵੇਲੇ ਕਿੱਧਰ ਜਾਂਦਾ ਕਿੱਧਰ ਆਉਂਦਾ। ਇਹ ਬੇਸਿਕਲੀ ਜਿਹੜਾ ਕੇਸ ਹੈ, ਥੋੜ੍ਹਾ ਆਪਾਂ ਰਿਕਾਲ ਕਰ ਲੈਂਦੇ ਕਿਉਂਕਿ ਤੁਹਾਡੇ ਤਾਂ ਅੰਦਰ ਪੂਰਾ ਕੇਸ ਹੈ, ਲੇਕਿਨ ਦਰਸ਼ਕਾਂ ਲਈ ਵੀ ਅਤੇ ਮੈਂ ਆਪਣੇ ਲਈ ਵੀ ਇਹ ਸਮਝਣਾ ਜ਼ਰੂਰ ਚਾਹਾਂਗਾ ਵੀ ਸ਼ਿਵ ਕੁਮਾਰ ਦਾ ਬੇਟਾ ਇੱਕ ਡਕੈਤੀ ਦੇ ਮਾਮਲੇ 'ਚ, ਇਹ ਠੱਗੀ ਆ ਡਕੈਤੀ ਜਿਹੜੀ ਮਾਰੀ ਹੈ ਇਹਨਾਂ ਨੇ ਹੀਰੇ ਦੇ ਵਪਾਰੀ ਨੇ ਬੰਬੇ ਦੇ, ਰਾਈਟ? ਇਹ ਤੁਹਾਨੂੰ ਕਿੱਥੋਂ ਇਹ ਚੀਜ਼ ਪਤਾ ਲੱਗੀ? ਕਿਹਨੇ ਦੱਸੀ ਤੁਹਾਨੂੰ ਇਹ ਚੀਜ਼? ਦੇਖੋ, ਕਮਿਸ਼ਨਰ ਨੇ TV ਵਾਲੇ ਸੱਦ ਕੇ ਅਤੇ ਕਹਿੰਦੇ ਆ ਵੀ ਜਦੋਂ ਕਵਰ ਸੰਧੂ ਦੇ ਮੈਂ ਇਕੱਠੇ ਸੀ, ਮੈਂ ਗਿਆ ਵਿਰਕ ਦੇ ਘਰ 27 'ਚ, ਕਵਰ ਸੰਧੂ ਹੀ ਬੈਠਾ। ਫਿਰ ਉਹਨਾਂ ਨੇ ਮੈਨੂੰ ਦੱਸੀ ਉੱਥੇ, ਕਵਰ ਸੰਧੂ ਨੂੰ ਵੀ ਸੱਦ ਲਾਂਗੇ ਵੀ ਇੱਦਾਂ ਇੱਦਾਂ ਇਹਨੂੰ ਛੱਡਤਾ ਸੀ CM ਪੰਜਾਬ ਨੇ, ਮੁੰਡੇ ਨੂੰ ਇਹ ਲੈਣ ਚਲੇ ਗਏ ਸੀ। ਉੱਥੋਂ ਵੱਡੇ TV ਨੇ ਰੌਲਾ ਪਾਇਆ, ਰੌਲਾ ਪਾ ਕੇ ਉਹ ਰੌਲਾ ਪੰਜਾਬ 'ਚ ਆਇਆ। ਹੁਣ ਮੈਂ ਤੁਹਾਨੂੰ ਬਹੁਤ ਕਈ ਗੱਲਾਂ ਨਾ ਇੰਨੀਆਂ ਬਿਆਨ ਹੀ ਨਹੀਂ ਕਰ ਸਕਦਾ ਜੋ ਕੁਛ ਇਹਨਾਂ ਨੇ ਕੀਤਾ।
बड़ी लंबी चौड़ी गल मेरी तो विरख की हुई थी शिव कुमार के संबंध में भी, और जो कुछ होया वो बच्चा चौथी पंजवीं बी सी एस पढ़ता ही शिमले, मैं ही उन्होंने छड़ के आता सी, मैं ही उन्होंने लैके आता सी, किड्डा को क्रिमिनल है वो मैनू नहीं पता, जिहड़ा सारा रोल आया एक मासी का बेटा पटियाले तो छपाई है भर्ती बिट्टू, इन्हें गलती जिंदगी ये कर ली भी वो अपने मुंडे ने जो डायमंड की इन्होंने दुकान खोली फाड़ा गाँव वो गनमैन अपने मुंडे ना लाता, वो सारा करया कीता जो बिट्टू ने, टैक्सी भी उन्हें कराई, डायमंड भी उन्हें खोए, वो बिट्टू चलान होया और वो बरी हो गया, सजा ये मुंडे ने हुई क्योंकि जोर ये मुंडे के खिलाफ ही, अभी अठ बंदे चलान हुए थे 302 सत्त बरी हो गए, पिंकी कद सज़ा हुई, और जज साहब की कह रहे पवन कुमार इस ही बहस चल रही है, कहते भी बहस बंद कर दो मैं नहीं सुननी, मैं जज साहब जो करना तो जो तुम करते हो कोई गल नहीं, तुम बहस तो सुनो, कहता मैं नहीं सुनता, मैं यदा धक्का, कहता सत्तों बंदे बरी, तेन मैं करार दिना दोषी। तुसी हुण शिव कुमार की गल की, सारे शिव कुमार गरेवाल बदनाम लोग ने, ये वो लोग ने सैनी के हेंचमैन, ठीक है ना, बदनाम ने, सुन लो मेरी गल, थोड़ा भी ना वजदा है, सारी गल बात वजदा है, तुसी ये कहंदे वे सी अफसरां दे कहे ते कीता, देखो हुण जे माड़ा काम किसी नाल भी तुसी करोगे तो फिर अपनी अगे औलाद नूं सजा मिली ना, मेरी भी तो सुन लो, उहनां नाल किन्नी माड़ियां कीतियां शिव कुमार ने, गरेवाल लोग ना हुंदे तां फिर आपां वी अज जिहड़े बैठे गल्लां कर रहे आ ना, गल्लां आपणे तों वी नहीं सी होणियां। मैं उस कुमार मंडी का हाल बड़ी चंगी तरह देखा, 5 बजे शटर बंद हो जाते थे और ऐन बिल्कुल सन्नाटा पसर जाता है, अखीर तो उन्होंने कहा भी असं कि सिर तक दुकाना खोलीए, सैनी साहब SSP से, वो कहते भी तुम पिंकी आ 2-3 बंद गश्त लाओ, रहे रात 9 बजे तक खोलेंगे दुकाना, असी जिप्सी ले ली, गश्त शुरू करती, 9 बजे तक दुकाना खोलन लग गई, उ कुमार मंडी जो तो मेरे नाल पिया पंगा, जिहड़े मैनू रब मानते सी उही मेरे खिलाफ, एक केला किसी तो नहीं सरया भी दिवाली दशहरे तो मैनू मुलाकात करके कोई दे जे, ये लोगों की यादाश्त बहुत छोटी है, बड़ी छेती है भुल जाते हैं, तुसी 92 च याद करो कोई बंदा अपने आप नूं सेफ समझदा सी, खास करके पिंडा का की हाल से, शहरां का की हाल से, जे लड़न वाले 4 बंदे सीगे खड़न वाले तो देश बचे, अज जी गल जिनी भी आप गलबात की कितने कितने लग रहा है भी आप शायद सुमेर सिंह सैनी की जी बड़ी वड्डी लड़ाई सी, मैं ये तो समझा ना भी बथेरे तो इन्ने तो फेक एनकाउंटर से, इन्ने लोगों को मारता गया, गलत कस्टडिया टॉर्चर कर करके मारते, तो उस तो बाद लाशा नहीं लभदियाँ, बलवंत सिंह बुलतानी वो एक है, उस तो पहला जो वालिया जे भरा लास्ट पिछले एपीसोड आप जिक्र किया, हूँ आ जी तशद्दत कितने 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 सामने आनी है ना, वो तो आ भी रही ने हूँ, लेकिन पॉइंट आप साबित की करना चाह रहे हैं भी लड़ा जातवाद के खिलाफ लड़ाई बथेरे होर IPS अफसर ने जिन्होंने चंगी लड़ाई भी लड़ी होनी है ना, कि सारे दड़ाइया यहोजियां सगिया या आ जो कुछ किया जिस तरीके आप जजा कोर्टा मैनीपुलेट कर रहे हैं, होर भी इतने असं इंटरव्यू किए ने देखा ना भी किस लैवल तक जा रहे हैं, आप सुप्रीम कोर्ट तक हाई कोर्ट तक आप कोई मतलब जज नहीं छड़ रहे, जजा ने फोन रिकॉर्डा था, हाई कोर्ट ने कहता भी सुमेर सिंह सैनी तो जजा की रिकॉर्डिंग तक करता सगा, हाई कोर्ट का ऑर्डर कहता है जिसे जो यू नो बेल डिसमिस हुई है इतने पंजाब के हरियाणा हाई कोर्ट उन्हें हालात के सुमेर सिंह सैनी वर्गे अफसर या कोई भी हो चाहे वेर कोने गल है कोई सुमेर सिंह सैनी प्रधानमंत्री तो है नहीं सी उदो जो जजा के फोन टेप होए ने ठीक है वो 37 सीटियां बनिया हुई हैं अजे भी जिन्हों का एक सारा सैट कोरियर करा के चीफ जस्टिस इंडिया ने भेजा गया सी और उदो इन्होंने कहा कि भी जिहड़ी आ अखबार है हिंदुस्तान टाइम्स ये फ्रंट पेज ते इहदी पंजाबी करके फ्रंट पेज ते एक सीडी दी रोज लाई है मैं 1,00,000 रुपया रोज दूंगा और एक दिन वो लगी भी सी जदों चीफ जस्टिस ने वो सीडियां देखियां इन्होंने भेजिया सीगा मुकेश मित्तल के नाँ से ही वाज बार प्रेजिडेंट किने भेजिया सी सैनी साहब ने इत्थे कोरियर 37 सीडियां सी उहदे विच जजा दी रिकॉर्डिंग पैसों का लैण देण किते किते ना सीधा डायरेक्ट होया अज भी वो रिकॉर्ड पे अज कि खत्म हो गया सुप्रीम कोर्ट है इन्हां कोल ही हैगा सुप्रीम कोर्ट जाने की लोड़ नहीं इन्हें सानू क्यों देंगे मैं तो वैसे कह रहा भी रिकॉर्ड तो सुन जदों मुकेश मित्तल नूं बुलाया सीजे ने वो कहिंदा यार आ तां बहुत हिंदुस्तान गर्क हो जाएगा जे बाहर आ गया इहनूं रोको जिवें मर्जी लोगों का विश्वास उड़ जाएगा जुडिशरी तो
फिर ये जाके मिले भी मेरे धक्का कर रहे जोड़ा वो ट्रिपल मर्डर केस है वो डे टू डे हीरिंग करके पंद्रह दिन कहते मुका दौ वो कहता दैट आई विल सी उन्हें हाई कोर्ट कह के उन्होंने रोकया इन्होंने काम बेसिकली ट्रिपल मर्डर केस वालिया जेडे अशोक विनोद ड्राइवर मुख्तियार तिना के ना दस दिना है वो मर्डर केस का जो ट्रायल है उसनू स्लो कराने या रोकने या रुकवाने जो भी अड़चन पानी सी आज सीढ़िया का सहारा लिया गया तुसी कह रहे हो बिल्कुल इन्होंने दसा भी आ जुडिशरी देख लो ठीक है जी वो हूँ तो मैं एक्चुअली दो साल तो असं नहीं मिले आपस मेरिया बड़िया लंबी चौड़िया प्रति गल् भी हुई कि सीटी है कौन कौन वन वन सी जी एम चंडीगढ़ वो ओडिशा शहन लग गया बाद फिरोजपुर हर एक बंदे जी सौता बेल का बरी का वो करता से फोन रिकॉर्ड करते ही वो रिकॉर्ड इन्हों को है सैनी के उत्ते उदो बड़े अफसर से उदो सैनी परचा दे के अंदर दे देते क्यों नहीं दिता छेड़ लेंदे उदो ठीक है ना उत्ते प्रधानमंत्री बैठा सी बी आई भी बैठी है राव भी बैठी है फड़ लेंदे उदो जिन्हें पता सी रिकॉर्डिंग कर रहे हैं वो भी तो किसी के कहे तो ही कर रहा होना वो जी रिकॉर्डिंग मशीन सी वो 2 करोड़ रुपए ले कहने से कहने ले सी शायद थोड़ा तो पता हो मैं थानू पूछ रहा मैं 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 जानकारी विरक साहब ने ली सी विरक साहब बाद दे गए आर पी सिंह पहली रेड जो डी जी लगे आर पी सिंह के घर हो जी और आर पी सिंह 2 महीने भगौड़ा रहा फिर ये बिटन लैके आया दिल्ली तो बिटन गल हुई भी मशीन दे दे रिकॉर्डिंग वाली असी इन्हू कुछ नहीं कहते हूँ दे दी रिकॉर्डिंग वाली मशीन वह फाउंडर कौन है नहीं वो जी रिकॉर्डिंग की 2 करोड़ की मशीन सी कितों ली सी बाहरों इजराइल जरूर तो चक्की सी कितों चक्की सी ली सी इन्होंने विरक साहब ने पंजाब सरकार ने खरीदी ऑफिशियल सी ना ऑफिशियल तो फिर कोई परसनलाइज ही कि लैके बह गया अपने को रौला सी परसनलाइज नहीं जदों सरकार टुटी उपर थला होया चक के आर पी के हवाले करती सरकार आ गई इधरों अकालिया की इन्होंने आर पी से प्रेसर पाया कोई आई पी एस अफसर महीना डेढ़ महीना भजे रहा कोई छोटी गल है बेसिकली सारा रौला सी मशीन का रिकॉर्डिंग मशीन वो ले ली फिर इन्होंने उस काम नहीं फिर वरती गई कहानी है घट कोई नहीं गा जो आप किसी कह दिए जातियां सब ने की आई मन ऑफ दैम ठीक है ना बट यह भी सानू इन्होंने जगा था छेती कैद हो गई जेल कट्टी विदाउट एनी काज मैं महाराज की कसम अज भी खाना कहना भी भाई मेरा बड़ो दरबार साहब केड़ा बढ़ता मेरी माँ मर गई उस मैं जेल से प्यो मेरा मर गया लुट मैनू भरावान ने लिया छड़ा की साडा सीधे तरीके नाल कह रहे हो भी असी आई वॉज वन ऑफ दैम तुसी भी उन्हां चो इक ही सी सिस्टम ने थोड़ा फायदा उठाया तुसी सिस्टम दा फायदा उठाया उस वक्त तूती बोलदी सी गुरमीत सिंह दी पूरी जिहड़ी चादर तुहाडी सी ओ जिहड़ा पूरा सिस्टम सीगा ओहदे फायदा भी उठाया तुहाडे कोल कोई ऑप्शन सी तुहाडे इखलाक तुहाडी आत्मा ने कदे तुहानू झंझोड़िया नहीं यार आपां किहड़े किहड़े अफसरां दे के किहड़े पुठे काम करे बथेरे अफसर फायदा उठाया हटे होए ने हुणे ना उहनां कोल करोड़ां रुपए ने अज जिन्हां ने फायदा उठाया असी उदों भी वेहले सी अज भी वेहले कोई बंदा कहे किसी ने लुटिया हो ठीक है ना जिन्हां लोगों ने लुटिया वो अज भी मौजा कर रहे हैं जेडे उदो कहते जिले च लकड़ा नहीं सुनता पीए पी रखो अज वो सारे कहते लकड़ा जिले च शांति आराम ना पैसे मिली जाते ले जाते हैं असी किया की है सिर्फ इन्हों का हुक्म ही पालिया भी आ अतवाद मुकाना मुकाओ जी हूँ आप छोटा जहाँ मैं थोड़े तो सवाल पूछता है बखरे तरीके ना सवाल है भी बलवंत सिंह मुल्तानी नू जदों तशद्दद दित्ती जांदी है तुसी ओ मलिक दा नाम लिया सीगा लास्ट टाइम ठीक है ना प्रेम मलिक दा नाम लिया सीगा तुसी जिक्र किया जिहड़े 2 वादा माफ गवाह बन गए ने जगीर सिंह बन गए ने ते जिहड़े कुलदीप सिंह बन गए ने ठीक है ना हुण जिहड़े अफसर तशद्दद करदे ने इस तरीके की अणमनुखी तशद्दद पिछे डंडा दे दो आज मतलब तुसी देसी मशीन की गल की यह सारा तुसी अफसर ही हुंदे हो तुसी लोग सब कुछ करदे हो ये जो करते हो तो थोड़ी थोड़ी इखलाक या थोड़ी आत्मा थोड़ी कहती नहीं भी आप की कर रहे हैं चाहे अफसर का कितना मर्जी प्रेशर है उस वक्त की स्टेट ऑफ माइंड होंगी जो जो पुलिस अफसर कर रहा है उन्होंने मजा आता है ऐसे बथेरे बूचड़ा के नाँ जिक्र किया जाता है जिद गरेवाल का नाँ है शिव सिंह का नाँ है आप चंडीगढ़ च मुल्तानी नाल की होया होर भी तुम बहुत लंबी चौड़ी थोड़े को ज़्यादा जानकारी है मेरे नालों
उस वक्त की ਹੁੰਦਾ ਤੁਸੀਂ ਇਹ ਲੋਕ ਕਰਦੇ ਕਿਉਂ ਸਭ ਕੁਝ ਉਹਨਾਂ ਨਾਲ ਤਸ਼ੱਦਦ ਕਰਕੇ ਸੀ ਉਹਨਾਂ ਤੋਂ ਕੁਝ ਲੈ ਲਿਆ ਵੀ ਤਾਂ ਦੱਸੋ ਵੀ ਤੁਸੀਂ ਪੈਸੇ ਲੈ ਲਏ ਜਿਸ ਬੰਦੇ ਨੂੰ ਕੁੱਟੋਗੇ ਮਾਰੋਗੇ ਜਾਂ ਇਨਕਾਊਂਟਰ ਕਰੋਗੇ ਉਹ ਤੁਹਾਨੂੰ ਕੀ ਦੇ ਦੂਗਾ ਨਹੀਂ ਮੈਂ ਇਹ ਤਾਂ ਪੁੱਛ ਰਿਹਾ ਨਾ ਕਿ ਮਿਲਦਾ ਕੀ ਸੀ ਕੁਝ ਵੀ ਨਹੀਂ ਤਾਂ ਅਫਸਰ ਨੇ ਕਹਿਤਾ ਤਾਂ ਕੁਝ ਵੀ ਕਰ ਦਿਓ ਸਿਰਫ ਅਫਸਰ ਨੇ ਨਹੀਂ ਕਹਿਤਾ ਗੱਲ ਇਹ ਸੀ ਵੀ ਅੱਤਵਾਦ ਜਿਹੜਾ ਇਹਨੂੰ ਖਤਮ ਕਰੋ ਇੱਕੋ ਹੀ ਗੱਲ ਸੀ ਪੈਸੇ ਜਿਹੜੇ ਲੋਕ ਲੈ ਗਏ ਨਹੀਂ ਪਰ ਤੁਸੀਂ ਦੇਖੋ ਨਾ ਅੱਤਵਾਦ ਤਾਂ ਖਤਮ ਜਿਵੇਂ ਕਰਨਾ ਸੀ ਹੋਣਾ ਸੀਗਾ ਲੇਕਿਨ ਤੁਸੀਂ ਆਹ ਸੀ ਵੀ ਅੱਤਵਾਦ ਨੂੰ ਖਤਮ ਕਰਨ ਦੀ ਲੜਾਈ ਦੀ ਆੜ ਵਿੱਚ ਇਹ ਕਿਵੇਂ ਆਪਣੇ ਧੰਦੇ 'ਚ ਚੱਲ ਰਹੇ ਸੀਗੇ ਤਾਂ ਇਹ ਤਾਂ ਕਾਫੀ ਲੰਬਾ ਚੌੜਾ ਹੁਣ ਤੁਸੀਂ ਚਿੱਟੇ ਦਾ ਜ਼ਿਕਰ ਕਰਤਾ ਦੇਖੋ ਪੰਜਾਬ ਦੇ ਵਿੱਚ 2007 ਤੋਂ ਬਾਅਦ ਪੂਰਾ ਚਿੱਟੇ ਦਾ ਰੌਲਾ ਪਿਆ ਹੋਇਆ ਲੇਕਿਨ ਤੁਸੀਂ ਅੱਜ ਉਸ ਗੱਲ ਕਰ ਰਹੇ ਹੋ 97-98 ਦੀ ਹੈ ਨਾ ਉਸ ਵਕਤ ਚਿੱਟੇ ਦੇ ਜ਼ਮੀਨਸ ਕੀ ਪੁਲਿਸ ਵਾਲੇ ਧੰਦੇ ਕਰ ਰਹੇ ਸੀ ਅਫਸਰ ਜਿਹੜੇ ਉਤਲੇ ਸੀ ਦੇਖੋ ਗੱਲ ਸੁਣ ਲਓ ਇੰਦਰਜੀਤ ਬੈਠਾ ਮੇਰੇ ਕੋਲ ਇਸੇ ਹੀ ਰਿਹਾ ਉਹ 98 'ਚ ਸੀ ਏ ਜੀ ਜਲੰਧਰ ਇੰਦਰਜੀਤ ਦੇ 4 ਕਿਲੋ ਪਾਤਾ ਕਹਾਣੀ ਇਹ ਹੈ ਵੀ 10 ਕਿਲੋ ਫੜੀਗੀ ਚਿੱਟਾ ਕਦੋਂ ਕਹਿੰਦੇ ਰੱਖ ਲਓ ਕਈ ਬੰਦੇ ਆਉਂਦੇ ਨੇ ਕਿਲੋ ਕਿਲੋ ਪਾਈ ਚੱਲਾਂਗੇ ਉਹ 10 ਕਿਲੋ ਜਿਹੜੇ ਡੀ ਜੀ ਨੇ ਰਖਾਇਆ ਮੈਨੂੰ ਉਹਦਾ ਵੀ ਪਤਾ ਕਿਲੋ ਕਿਲੋ ਜਿਹਨਾਂ 'ਤੇ ਫਿੱਟ ਹੋਇਆ ਉਹ ਵੀ ਪਤਾ ਮੁੜ ਕੇ ਹਰਪ੍ਰੀਤ ਸਿੱਧੂ STF 'ਚ ਆ ਕੇ ਚੱਕ ਕੇ ਇੰਦਰਜੀਤ 'ਤੇ 4 ਕਿਲੋ ਦਾ ਪਰਚਾ ਦੇ ਕੇ ਉਹ ਬੈਠਾ ਪਟਿਆਲੇ ਜੇਲ੍ਹ 'ਚ ਇੰਦਰਜੀਤ ਦਾ ਪਰਚਾ ਮੈਂ ਕਾਫੀ ਨੇੜੇ ਤੋਂ ਸਟੱਡੀ ਕੀਤਾ ਉਹ ਜਿਹੜਾ 4 ਕਿਲੋ ਪਲੱਸ 8 ਕਿਲੋ ਸ਼ਾਇਦ 12 ਕਿਲੋ ਦਾ ਪੂਰਾ ਟੋਟਲ ਕੇਸ ਬਣਦਾ ਹੈਗਾ ਜਿਹੜਾ ਉਸ ਉੱਤੇ ਚਿੱਟੇ ਦਾ ਪਾਇਆ ਹੈਗਾ ਤੁਸੀਂ ਕਹਿਣ ਦੀ ਕੋਸ਼ਿਸ਼ ਕਰ ਰਹੇ ਹੋ ਅੱਜ ਉਹ ਜੇਲ੍ਹ 'ਚ ਹੈ ਅਤੇ ਤੁਸੀਂ ਕਹਿ ਰਹੇ ਵੀ ਉਹਦਾ ਕਸੂਰ ਕੋਈ ਨਹੀਂ ਸੀਗਾ ਨਹੀਂ ਉਹ ਅਸਾਲਟਾਂ ਵੀ ਪਈਆਂ ਗਈਆਂ ਉਹ ਵੇਚਦਾ ਥੋੜ੍ਹੀ ਸੀ ਇੰਦਰਜੀਤ ਵੇਚਦਾ ਇਨਫੈਕਟ ਉਹਦੇ ਉੱਤੇ ਤਾਂ ਜੇ ਪੰਜਾਬ ਦੇ ਵਿੱਚ ਹਰਦਿਆਲ ਮਾਨ ਤੋਂ ਬਾਅਦ ਸਭ ਤੋਂ ਜ਼ਿਆਦਾ ਜੇ ਚਿੱਟੇ ਦੀ ਕਿਸੇ ਬੰਦੇ ਨੇ ਫੜਵਾਇਆ ਰਿਕਵਰੀ ਕੀਤੀ ਹੈ ਤਾਂ ਸ਼ਾਇਦ ਇੰਦਰਜੀਤ ਹੀ ਸੀ ਇੰਦਰਜੀਤ ਸੀ ਪਰ ਇੰਦਰਜੀਤ ਕੋਲ ਜਿਹਨੇ ਰੱਖਿਆ ਤੁਸੀਂ ਉੱਥੇ ਤੱਕ ਪਹੁੰਚੋ ਵੀ ਰਖਾਇਆ ਕਹਿੰਦੇ ਸੀ ਵੀ ਰੱਖ ਲਾ ਉਰੇ ਆਮ ਮੈਂ ਵੀ CAE ਰਿਹਾ ਕਈ ਵਾਰੀ ਵੱਧ ਅਸਲਾ ਫੜਿਆ ਜਾਂਦਾ ਸੀ ਕਹਿੰਦੇ ਰੱਖ ਲਓ ਕਈ ਵਾਰੀ ਕੋਈ ਬੰਦਾ ਆ ਜਾਂਦਾ ਅਤੇ ਕੋਈ ਅਸਲਾ ਨਹੀਂ ਹੁੰਦਾ ਠੀਕ ਹੈ ਨਾ ਕਹਾਣੀ ਉਹਦੀ ਬੇਸ ਤੱਕ ਮੈਂ ਬੜੀ ਚੰਗੀ ਤਰ੍ਹਾਂ ਜਾਣਦਾ ਇੰਦਰਜੀਤ ਅੰਗਰੇਜ਼ ਦੋਨੋਂ ਮੈਂ ਇੰਸਪੈਕਟਰ ਸੀਗੇ ਮੇਰੇ ਕੋਲ ਰਹੇ ਜਾਣਦਾ ਉਹਨਾਂ ਨੂੰ ਜੋ ਪੁਲਿਸ ਦੀ ਵਰਕਿੰਗ ਹੈ ਹੁਣ ਜਦੋਂ ਮੈਂ ਸਰਹੰਦ ਸੀਗਾ ਉਹ ਫੜਿਆ ਗਿਆ ਆਪਣਾ ਪੱਪ ਪਟਾਰੀ ਮੈਨੂੰ DG ਇੰਟੈਲੀਜੈਂਸ ਬੁਲਾ ਕੇ ਕਹਿੰਦਾ ਉਹਦੇ ਸੰਬੰਧ 'ਚ ਲੇਡੀ ਫੜੀ ਸੀ ਹਰਨੇਕ ਪੱਪ ਦੀ ਗੱਲ ਕਰ ਰਿਹਾ ਹਰਨੇਕ ਪੱਪ ਦੀ ਉਹਦੇ ਨਾਲ ਲਿੰਕਡ ਲੇਡੀ ਸੀ ਮੇਰੇ ਘਰ ਕੋਲ ਰਹਿੰਦੀ 34 ਮੈਨੂੰ ਕਹਿੰਦੇ ਫੜ ਕੇ ਅਤੇ ਪਰਚਾ ਦੇ ਮੈਂ ਯਾਰ ਮੇਰਾ ਬੇਟਾ ਉਹਦੀ ਟੀਚਰ ਹੈ ਪੜ੍ਹਾਉਂਦੀ ਹੈ ਉਹਨੂੰ ਤੁਸੀਂ ਰੋਪੜ ਤੋਂ ਆ ਦਿਓ ਪਰਚਾ ਸਿੰਦਰਪਾਲ ਕੋਲ ਤੂੰ ਹੀ ਦਏਗਾ ਮੈਂ ਕਿਹਾ ਚਲੋ ਮੈਂ ਦੇ ਦਿੰਦਾ DG ਸਾਹਿਬ ਕਹਿੰਦੇ ਇੱਕ ਪਿਸਤੌਲ ਦਾ ਕਿਲੋ ਪਾ ਦੇ RDX ਉੱਤੇ ਪਰ ਨੇਕ ਪੱਪ 'ਤੇ ਉਹ ਲੇਡੀ ਦੇ ਉੱਤੇ ਲੇਡੀ ਪਿਸਤੌਲ 'ਤੇ RDX ਲੇਡੀ ਦੇ ਉੱਤੇ ਪਾ ਦਿਓ ਉਹ 34 ਮੇਰੇ ਘਰ ਕੋਲ ਰਹਿੰਦੀ ਸੀ ਮੈਂ ਉਹਨੂੰ ਕਿਹਾ ਮੈਂ ਜੀ ਪਿਸਤੌਲ ਲਿਆਓ ਦਿਓ ਤੂੰ ਕਹਿੰਦਾ ਇੰਸਪੈਕਟਰ ਤੇਰੇ ਕੋਲ ਪਿਸਤੌਲ ਵੀ ਨਹੀਂ ਫਿਰ ਗੱਲ ਉੱਧਰ ਘੁੰਮ ਜਾਂਦੀ ਹੈ ਜੇ ਤੁਸੀਂ ਪਾਓਗੇ ਮੈਂ ਜੀ ਮੇਰੇ ਕੋਲ ਤਾਂ ਹੈ ਨਹੀਂ ਕੀ ਹੈ ਤੇਰੇ ਕੋਲ ਮੈਂ ਮੇਰੇ ਕੋਲ ਤਾਂ RDX ਪਿਆ 30 ਕਿਲੋ 2 ਕਿਲੋ RDX ਪਾ ਦੇ ਮੈਂ ਲੈ ਗਿਆ ਉਹਨੂੰ ਅਤੇ ਜਾ ਕੇ ਉਹਦੇ 2 ਕਿਲੋ RDX ਫਤਿਹਗੜ੍ਹ ਪਵਾਤਾ ਡੇਰਾ ਵਸੀਆ ਸੱਚੋ ਤੋਂ ਉਹ 34 ਗੁਰਦੁਆਰੇ ਤੋਂ ਕੈਂਡਲ ਲੈ ਕੇ ਮਾਰਚ ਸ਼ੁਰੂ ਹੋਇਆ ਮੇਰਾ ਜਲੂਸ ਕੱਢਤਾ ਉਹਨਾਂ ਨੇ ਉਹੀ DG ਉਹੀ IG ਜਿਹੜੇ ਕਹਿ ਰਹੇ ਸੀ ਪਾ ਸਵੇਰੇ ਟੈਲੀਫੋਨ ਆਇਆ ਵੀ ਇਹਨੂੰ ਡਿਸਚਾਰਜ ਕਰਾ ਦਿਉ ਉਹਨੂੰ ਡਿਸਚਾਰਜ ਕਰਾਤਾ ਮਨਦੀਪ ਕੌਰ ਨੂੰ ਹੁਣ ਉਹ ਜਿਹੜਾ IO ਹੈ ਸੁਪਰੀਮ ਕੋਰਟ ਦੀ ਰੂਲਿੰਗ ਸਿੱਧੀ ਹੈ ਵੀ ਜੇ ਕੋਈ ਬੰਦਾ ਫਿਟਿੰਗ ਕਰਦਾ ਅਗਰ ਉਹ ਸਾਬਤ ਹੋ ਜਾਂਦਾ ਵੀ ਇਹਨੇ ਫਿਟਿੰਗ ਕੀਤੀ ਤਾਂ ਉਹ ਪਰਚਾ ਉੱਤੇ ਦੇ ਦਿਉ ਮੈਨੂੰ ਉਹੀ ਕੈਦ ਇਸੇ ਹੀ ਮੇਰੇ ਕੋਲ ਉਹ ਜੇਲ੍ਹ ਜਾ ਕੇ ਰੋਇਆ ਕਰੇ ਜਨਾਬ ਮੇਰੇ ਘਰ ਪੈ ਜੂ ਮੈਂ ਕਿਹਾ ਉਹ ਜਿਹੜੇ ਬੈਠੇ ਨੇ ਜਿਨ੍ਹਾਂ ਨੇ ਪਵਾਇਆ ਹੁਕਮ ਦਿੱਤਾ ਉਹਨਾਂ ਨੂੰ ਫੜ ਜਾ ਕੇ ਅੱਜ ਵੀ ਉਸ ਗੱਲ ਨੂੰ ਤਕਰੀਬਨ 2003 ਦੀ ਗੱਲ ਹੈ 17 ਸਾਲ ਹੋ ਗਏ ਉਹ ਮੁਕੱਦਮੇ ਦਾ ਬਣਿਆ ਕੁਛ ਨਹੀਂ ਮਾਲਖਾਨੇ 'ਚ ਮਾਲ ਪਿਆ ਮਿਸਲ ਪੈਂਡਿੰਗ ਪਈ ਹੈ ਫਿਰ ਉਹ ਵਿਰਕ ਸਾਹਿਬ ਨੇ ਦਵਾਇਆ ਸੀ ਪਰਚਾ ਇਹਨਾਂ ਦਾ ਕਹੀ ਤਾਂ ਮੈਂ ਦਿੱਤਾ ਸੀ JP ਵਿਰਦੀ ਸੀਗੇ DG ਇੰਟੈਲੀਜੈਂਸ ਮੈਨੂੰ ਕਹਿੰਦੇ ਵਾਪਸ ਤਾਂ ਮੈਂ ਜੀ ਮੇਰੇ ਕੋਲ ਤਾਂ ਹੈ ਨਹੀਂ ਮੈਂ ਕਿੱਥੋਂ ਪਾਵਾਂ ਬੜਾ ਕੁਝ ਹੁੰਦਾ ਹੈ ਔਰ ਪੁਲਿਸ ਅਫਸਰ ਨੂੰ ਕਰਨਾ ਪੈਂਦਾ ਲੇਕਿਨ ਅੱਜ ਦੀ ਪੂਰੀ ਹੁਣ ਲੜਾਈ ਤੁਸੀਂ ਇੰਨੇ ਪੰਗੇ ਲੈ ਲਏ ਨੇ ਸੁਮੇਧ ਸਿੰਘ ਸੈਣੀ ਕਿ ਅੱਜ ਤਾਂ ਤੁਸੀਂ ਵਿਰਕ ਸਾਹਿਬ ਦੇ ਖਿਲਾਫ ਵੀ ਫਰੰਟੀਅਰ ਖੋਲਤਾ ਹੁਣ ਰੋਲਦਾ ਤਾਂ ਮੈਨੂੰ ਦੱਸੋ ਇਹਦੇ ਨਾਲ ਕੀ ਮਿਲੇਗਾ ਕੀ ਅਚੀਵ ਕੀ ਕਰ ਪਾਵਾਂਗੇ ਆਪਾਂ ਇੰਟਰਵਿਊ ਕਰਕੇ ਮੈਂ ਦੱਸ ਰਿਹਾ ਵੀ ਹਿੰਦੁਸਤਾਨ 'ਚ ਕਾਨੂੰਨ ਨਾਂ ਦੀ ਕੋਈ ਚੀਜ਼ ਨਹੀਂ ਨਾ ਕੋਈ ਕਾਨੂੰਨ ਹੈਗਾ ਜਿਸ ਕੀ ਲਾਠੀ ਉਸ ਕੀ ਭੈਣ ਮਾਤ ਉੱਥੇ ਹੈ
ਜੇ ਕੋਈ ਇਹਨਾਂ 'ਚ ਤੁਹਾਨੂੰ ਕਾਨੂੰਨ ਵਾਲੀ ਗੱਲ ਲੱਗਦੀ ਹੈ ਤਾਂ ਮੈਨੂੰ ਦੱਸ ਦਿਓ। ਮੈਨੂੰ ਜੇ ਕੈਦ ਕਰਾਈ ਨਾ ਕਿਸੇ ਜੁਡੀਸ਼ਰੀ ਨੇ ਸੁਣਿਆ ਨਾ ਕਿਸੇ ਪੁਲਿਸ ਨੇ, ਸੁਪਰੀਮ ਕੋਰਟ ਜਸਟਿਸ ਖੈਰ ਸੈਣੀ ਨਾਲ ਲੱਗਦੇ ਸੀ। ਪਿੰਕੀ ਦਾ ਕੇਸ ਆ ਡਿਸਮਿਸ, ਕੱਚਿਆਂ ਦੀ ਮਾਰੀ ਜਿਹੜਾ ਹਿੜ ਕੇ ਪਰਾਂ। ਪਿੰਕੀ ਕੋਈ ਡਾਕੂ ਹੈ? ਐਟਲੀਸਟ ਸਾਨੂੰ ਉਨਾ ਰਾਈਟ ਤਾਂ ਹੈਗਾ ਸਾਡੀ ਗੱਲ ਤਾਂ ਸੁਣੀ ਜਾਏ। ਬਲਵੰਤ ਸਿੰਘ ਮੁਲਤਾਨੀ ਦਾ ਜਿਹੜਾ ਮਾਮਲਾ ਹੈ, ਇਹ ਹੁਣ ਅਸੀਂ ਬੜੇ ਆਸ਼ਵਸਤ ਹੈ ਇਸ ਨੂੰ ਲੈ ਕੇ, ਸਾਨੂੰ ਬੜੀਆਂ ਉਮੀਦਾਂ ਆਸਾਂ ਨੇ। ਮਈ ਦੇ ਵਿੱਚ ਪੰਜਾਬ ਸਰਕਾਰ, ਪੰਜਾਬ ਪੁਲਿਸ ਫੋਰਸ, ਵਟਐਵਰ ਰੀਜ਼ਨਸ, ਇੱਕ ਪਰਚਾ ਦਰਜ ਕਰਦੀ ਹੈ 29 ਸਾਲ ਪੁਰਾਣੇ ਕੇਸ ਦੇ ਵਿੱਚ, ਇੱਕ FIR ਰਜਿਸਟਰ ਹੋ ਜਾਂਦੀ ਹੈ। ਸੁਮੇਧ ਸਿੰਘ ਸੈਣੀ ਨੂੰ ਭਾਜੜਾਂ ਪਈਆਂ ਆ, ਭਗੌੜਾ ਵੀ ਹੁੰਦਾ ਹੁੰਦਾ ਬਚਿਆ, ਚਲੋ ਬੇਲਾ ਲੈ ਲਈ ਹੈ। ਲੇਕਿਨ ਤੁਹਾਨੂੰ ਇਹ ਲੱਗ ਰਿਹਾ ਵੀ ਇਹ ਜਿਹੜਾ ਕੰਮ ਹੋ ਰਿਹਾ ਹੈ ਇਹਦੇ ਪਿੱਛੇ ਕੋਈ ਸ਼ਕਤੀਆਂ ਕੰਮ ਕਰ ਰਹੀਆਂ ਨੇ ਅਤੇ ਜਿਹਨਾਂ ਦੇ ਆਪਣੇ ਮੁਫਾਦ ਜੁੜੇ ਹੋਏ ਨੇ? ਹੁਣ ਆਹ ਚੀਜ਼ ਤਾਂ ਐਸਟੈਬਲਿਸ਼ ਹੋ ਰਹੀ ਇਸ ਗੱਲਬਾਤ ਵਿੱਚੋਂ। ਦੇਖੋ ਮੇਰੀ, ਚਲੋ ਠੀਕ ਹੈ, ਚੰਗੀ ਗੱਲ ਹੈ, ਮੈਂ ਤਾਂ ਕਹਿੰਦਾ ਸਾਨੂੰ ਕੋਈ ਪ੍ਰੋਬਲਮ ਨਹੀਂ, ਕਿਸ ਦਾ ਮੁਫਾਦ ਹੈ? ਜੇ ਕਿਸੇ ਨਜਾਇਜ਼ ਬੰਦੇ ਨੇ ਨਜਾਇਜ਼ ਕੀਤਾ, ਉਹਨੂੰ ਸਜ਼ਾ ਮਿਲਣੀ ਚਾਹੀਦੀ, ਫਿਰ ਉਹਦੇ ਖਿਲਾਫ਼ ਲੜਾਈ ਲੜਨ ਵਾਲਾ ਜੇ ਆਪਣੇ ਮੁਫਾਦ ਦੇ ਚੱਲਦੇ ਵੀ ਇਹ ਲੜਾਈ ਲੜ ਰਿਹਾ ਤਾਂ ਉਹ ਠੀਕ ਹੈ, ਜਾਇਜ਼ ਹੈ, ਇਹ ਚੱਲਦਾ, ਇਹ ਪਹਿਲਾਂ ਵੀ ਹੁੰਦਾ ਰਿਹਾ, ਅੱਗੇ ਹੁੰਦਾ ਰਹੇਗਾ। ਲੇਕਿਨ ਗੱਲ ਹੈ ਵੀ ਦੋਸ਼ੀਆਂ ਨੂੰ ਸਜ਼ਾਵਾਂ ਤਾਂ ਮਿਲਣ। ਦੇਖੋ ਗੱਲ ਇਹ ਹੈ, ਜਿਹੜੀ ਗੱਲ ਦੋਸ਼ੀ ਦੀ 2002 'ਚ ਸ਼ਾਇਦ ਕਈ ਲੋਕਾਂ ਨੂੰ ਨਹੀਂ ਪਤਾ, ਮੁਲਤਾਨੀ ਦੇ ਫਾਦਰ ਨੇ ਹਾਈਕੋਰਟ 'ਚ ਰਿਟ ਪਾਈ ਸੀ ਜੀ, ਉਹ ਡਿਸਮਿਸ ਹੋਈ ਸੀ, ਸਰਕਾਰ ਦੇ ਹੱਕ 'ਚ ਗਈ ਸੀ। ਮੈਂ ਕੈਦ ਕੱਟਦਾ ਸੀ ਪਟਿਆਲੇ ਆਈ ਬਾਅਦ 2008 9 ਦੀ ਗੱਲ ਹੋਣੀ, 8 ਦੀ ਗੱਲ ਹੈ ਜੀ। ਇਹਨਾਂ ਨੇ ਮਹਿਤਾਬ ਸਿੰਘ ਗਿੱਲ ਨੇ ਵੀ ਤੁਸੀਂ ਅਖਬਾਰ 'ਚ ਖਬਰ ਲਾਓ, ਮੈਂ ਸੂਹੋ ਬੁੱਟੋ ਲਾ ਕੇ ਪਰਚਾ ਦਰਜ ਕਰਾ ਦੂੰ। ਉਹ ਅਖਬਾਰ 'ਚ ਉਹਨੇ ਖਬਰ ਲਵਾ ਦਿੱਤੀ, ਮੁਲਤਾਨੀ ਗੁੰਮ ਹੋ ਗਿਆ, ਉਹ ਪਰਚਾ ਦਰਜ ਹੋ ਗਿਆ, ਉਹ ਸੁਪਰੀਮ ਕੋਰਟ ਚਲੇ ਗਏ, ਸੁਪਰੀਮ ਕੋਰਟ ਤੋਂ ਫਿਰ ਇਹਦੀ ਕੁਐਸ਼ਨਿੰਗ ਹੋ ਗਈ। ਜਿਹੜੀ ਆਪਾਂ ਇਨਸਾਫ ਵਾਲੀ ਗੱਲ ਕਰਦੇ ਹਾਂ, 2002 'ਚ ਵੀ ਮਿਲ ਸਕਦਾ ਸੀ, 2008 'ਚ ਵੀ ਮਿਲ ਸਕਦਾ ਸੀ, ਆਹ ਹੁਣ ਫਿਰ ਦੇਖ ਲਓ। ਮੈਨੂੰ ਰੋਜ਼ ਲੋਕ ਟਿਚਰਾ ਕਰਦੇ, ਕਹਿੰਦੇ ਉਹ ਤਾਂ ਫਿਰ ਨਿਕਲ ਗਿਆ। ਮੈਂ ਯਾਰ ਨਿਕਲ ਜਾਏ, ਹੁਣ ਮੈਂ ਕੀ ਕਰ ਸਕਦਾ? ਜਦੋਂ ਜੱਜ ਸਾਹਿਬ ਨੇ ਔਡਰ ਕੀਤਾ, ਸਿਰਫ ਆਊਟਲੁੱਕ 'ਤੇ ਔਡਰ ਕੀਤਾ ਉਹਨਾਂ ਨੇ, ਹੋਰ ਤਾਂ ਕੁਛ ਨਹੀਂ ਸੀ ਇਸ ਉਹਨਾਂ ਕੋਲ। ਆਊਟਲੁੱਕ 'ਤੇ ਤੁਹਾਡੀ ਬਿਆਨ ਇਹ ਬੇਸ ਸੀਗਾ ਬਲਵੰਤ ਮੁਲਤਾਨੀ, ਈਵਨ ਪਰਿਵਾਰ ਦੀ ਜਿਹੜੀ ਸ਼ਿਕਾਇਤ ਆ ਉਹ ਵੀ ਤੁਹਾਡੇ ਬਿਆਨ 'ਤੇ ਟਿੱਕੀ ਹੈ। ਚਲੋ 2015 ਦਾ ਸੀ ਮੈਗਜ਼ੀਨ ਆਊਟਲੁੱਕ, 2020 'ਚ ਪਰਚਾ ਦਰਜ ਹੋਇਆ, 5 ਸਾਲ ਪੁਰਾਣੇ ਆਊਟਲੁੱਕ ਤੋਂ। ਪਰਚਾ ਦਰਜ ਕਰਨ ਤੋਂ ਪਹਿਲਾਂ ਇਹਨਾਂ ਦਾ ਫਰਜ਼ ਨਹੀਂ ਸੀ ਬਣਦਾ ਮੇਰਾ ਬਿਆਨ ਲਿਖਦੇ ਦੁਬਾਰਾ? ਕੋਈ ਨਹੀਂ ਬਿਆਨ ਲਿਖਿਆ, ਕੋਈ ਲੈਣ ਨਹੀਂ, ਕੋਈ ਦੇਣ ਨਹੀਂ, ਸਿੱਧਾ ਪਰਚਾ ਦੇ ਦਿੱਤਾ। ਜਦੋਂ ਪਰਚਾ ਦੇ ਦਿੱਤਾ, ਮੈਂ ਪ੍ਰੈਸ਼ਰਾਈਜ਼ ਕੀਤਾ ਵੀ ਚਲੋ ਜੀ, ਉਹ ਮੈਂ ਜਾ ਕੇ ਕੋਰਟ 'ਚ ਬਿਆਨ ਦਿਆ। ਬਿਆਨ ਦੇਣ ਤੋਂ 364 ਤੋਂ 302 ਬਣ ਗਈ, ਜਦੋਂ ਡੰਡੇ ਵਾਲੀ ਗੱਲ ਆ ਗਈ ਉਹ 302 ਬਣ ਗਈ, ਉਹ ਤਾਂ ਫਿਰ ਸੁਪਰੀਮ ਕੋਰਟ ਤੋਂ ਜਾ ਕੇ ਸਟੇਅ ਕਰਾ ਗਿਆ। ਦੱਸੋ ਫਿਰ ਇਸ ਗੱਲ ਦਾ ਹੱਲ ਕਿੱਥੇ ਹੈ ਕਾਨੂੰਨ? ਜਦੋਂ ਮੈਂ ਸੁਪਰੀਮ ਕੋਰਟ ਵੀ ਗਿਆ, ਮੈਂ ਹਾਈਕੋਰਟ ਆਪਣੇ ਖਰਚੇ 'ਤੇ ਗਿਆ, ਸਭ ਇਹ ਤਾਂ ਸਰਕਾਰੀ ਖਰਚਾ ਚੱਲ ਰਿਹਾ, ਕਿਸੇ ਨੇ ਗੱਲ ਹੀ ਨਹੀਂ ਸੁਣੀ ਸਾਡੀ। ਉਹਦਾ ਪਿਓ ਅੱਜ ਵੀ ਗੋਲੇ ਦਾ ਜਿਉਂਦਾ, ਉਹ ਆਪਣੀ ਛਾਤੀ 'ਤੇ ਹੱਥ ਰੱਖ ਕੇ ਕਹੇ ਦਰਬਾਰ ਸਾਹਿਬ ਵੜ ਕੇ ਵਿੰਕੀ 'ਤੇ ਮਾਰੀ ਗੋਲੀ, ਉਹਨੂੰ ਪਤਾ ਨਹੀਂ ਗੋਲੀ ਕਿਹਦੇ ਮਾਰੀ ਹੈ। FIR ਨਹੀਂ ਬੋਲਦੀ, ਜਿਹੜੀ ਪਹਿਲਾਂ 8 ਤਰੀਕ ਨੂੰ FIR ਹੋਈ ਹੈ, ਉਹਦੇ 'ਚ ਬਿੱਟੂ ਗਿੱਲ ਦਾ ਨਾਮ ਬੜਾ ਕਲੀਅਰ ਲਿਖਾਇਆ, ਬਿੱਟੂ ਗਿੱਲ ਨੇ ਗੋਲੀ ਮਾਰੀ। ਜਿਹੜਾ ਕਾਰਟੇਜ ਮਿਲਿਆ ਉੱਥੋਂ 30 ਵੋਟ ਦਾ, ਉਹ ਦਫਾ 27 'ਚ ਬਿੱਟੂ ਦੇ ਘਰੋਂ ਰਿਕਵਰ ਹੋ ਗਿਆ। ਫਰਾਂਸੈਂਸਿਕ ਲੈਬ ਦੀ ਉਹਦੇ 'ਚ ਰਿਪੋਰਟ ਹੈ ਵੀ ਇਹ ਕਾਰਟੇਜ ਇਸ ਪਿਸਟਲ 'ਚੋਂ ਚੱਲਿਆ, ਮੇਰੇ ਕੋਲ 38 ਵੋਟ ਵਾਲੋ ਰੈਸ਼ੂ ਹੋਇਆ, ਮੈਂ ਕਿੱਥੋਂ ਆ ਗਿਆ ਉਹਦੇ 'ਚ? ਅੰਨੀ ਪੀਸੇ ਕੁੱਤਾ ਚਿੱਟੇ, ਕੋਈ ਨਹੀਂ ਸੁਣਦਾ ਇੱਥੇ, ਨਾ ਕਿਸੇ ਨੇ ਹਾਈਕੋਰਟ ਸੁਣੀ, ਨਾ ਕਿਸੇ ਨੇ ਸੁਪਰੀਮ ਕੋਰਟ ਸੁਣੀ। ਉਲਟੇ 10 ਵਕੀਲ ਜਿਹੜੇ ਹਿਊਮਨ ਰਾਈਟ ਦੇ, ਉਹ ਮੇਰੇ ਖੜ੍ਹ ਗਏ ਉਲਟ। ਮੇਰੇ ਦੋਏ ਬੇਟੇ ਹੁਣ ਵਕੀਲ ਨੇ, ਇੱਕ ਹਾਈਕੋਰਟ ਹੈ, ਇੱਕ 43 'ਚ। ਕੋਈ ਗੱਲ ਨਹੀਂ, ਜਿਹੜੀ ਹੋਈਗੀ ਲੜਾਈ ਲੜਾਂਗੇ, ਬੈਠੇ ਹਾਂ। ਲੜਾਈ ਤਾਂ ਨਹੀਂ ਡਰਦਾ ਮੈਂ, ਗੱਲ ਇਨਸਾਫ ਦੀ ਹੈ। ਤੁਸੀਂ ਜੋ, ਮੈਂ ਉਹਨੂੰ ਜਗਾਦਰੀ ਜਮਨਾ ਦੇ ਜੱਜ ਨੂੰ ਕਿਹਾ, ਮੈਂ ਕਿਹਾ ਜੀ ਜੋ ਤੁਸੀਂ ਕਰਨਾ ਉਹ ਤਾਂ ਮੈਨੂੰ ਪਤਾ ਹੀ ਹੈ, ਪਰ ਘੱਟੋ ਘੱਟ ਮੁਲਜ਼ਮ ਉਹਦੀ ਬਹਿਸ ਤਾਂ ਸੁਣ ਲਓ। ਕਹਿੰਦਾ ਮੈਂ ਨਹੀਂ ਸੁਣਦਾ, ਇਹ ਸੱਤੋ ਬਰੀ ਚੱਲ, ਹੋਰ ਇਸ ਤੋਂ ਵੱਧ ਕੀ ਭਾਲਦੇ ਹੋ? ਦੋ ਹੋਰ ਚੀਜ਼ਾਂ ਨੇ ਜਿਹੜੀਆਂ ਮੈਂ ਤੁਹਾਡੇ ਤੋਂ ਜਾਣਨਾ ਚਾਹੁੰਦਾ। ਇੱਕ ਤਾਂ ਆਪਾਂ ਪਿਛਲੀ ਇੰਟਰਵਿਊ 'ਚ ਜ਼ਿਕਰ ਕੀਤਾ ਸੀ ਨਿਹੰਗ ਪੂਲੇ ਦਾ, ਜੋ ਕਿ ਸਮਝਿਆ ਜਾਂਦਾ ਸੀ ਵੀ ਸੁਮੇਧ ਸਿੰਘ ਸੈਣੀ ਕਈ ਪੁਲਿਸ ਅਫਸਰਾਂ ਦੇ ਕਹੇ 'ਤੇ ਇਸ਼ਾਰੇ 'ਤੇ ਕੰਮ ਕਰਦਾ ਸੀ, ਉਹਨਾਂ ਨੇ ਜੱਟਾਂ ਦਾ ਪਰਿਵਾਰ ਮਾਰਿਆ। ਤੁਹਾਡੀ ਵੀ ਜਿਹੜੀ ਪਰਿਸਥਿਤੀ ਸੀ, ਤੁਸੀਂ ਪੁਲਿਸ ਦੀ ਵਰਦੀ ਸੀ ਅਤੇ ਉਹ ਨਿਹੰਗਾਂ ਦੇ ਭੇਸ ਸੀ, ਲੇਕਿਨ ਆਹ ਜਿਹੜਾ ਨਿਹੰਗ ਪੂਲੇ ਦਾ ਮਰਡਰ ਹੈ, ਮਾਰਿਆ ਗਿਆ, ਤੁਸੀਂ ਲਾਸਟ ਟਾਈਮ ਅਜੀਤ ਸਿੰਘ ਸੰਧੂ ਦੀ ਮੌਤ ਨਾਲ ਜੁੜੀ ਹੋਈ ਗੱਲ ਕੀਤੀ ਸੀ, ਜਿਸ ਦੀ ਕਿ ਤੁਹਾਨੂੰ ਤਸਦੀਕ ਤਾਂ ਹੁਣ ਕੌਣ ਕਰ ਸਕਦਾ ਹੈ, ਇਹ ਤਾਂ ਜਾਂਚ ਅਤੇ ਪੜਤਾਲਾਂ ਦਾ ਵਿਸ਼ਾ ਹੈ। ਲੇਕਿਨ ਅਸੀਂ ਬੀਤੇ ਦਿਨੀ ਇੱਕ ਬਹੁਤ ਵੱਡਾ ਪ੍ਰਕਰਨ ਦੇਖਿਆ ਹੈਗਾ, ਜੋ ਕਿ ਬਟਾਲੇ ਹੋਇਆ ਹੈਗਾ, ਗੁਰਦਾਸਪੁਰ ਹੋਇਆ ਹੈਗਾ,
उस दे विच नवतेज गुगू नां दे एक जिहड़े समाजिक कार्यकर्ता ने एक्टिविस्ट ने जो कि मेन एक्यूज सन उन्होंने तो शरेआम आके टीवी के उत्ते लाइव के कहता भी असी किस तरीके पूले नू मार मुकाया क्योंकि आपस का रौला चलता सी क्रैडिट किनू जाना है उन्हें पूले लई जिहड़ी कहानी है तो पूले नू मारिया जाता है समझा गया भी पूले के जिहड़े भी कोई कर्म सर लोगों ने भावनात्मक होकर मुंडिया ने उन्होंने अग लाती यही चीज़ प्रचारी जा रही है यही चीज़ शायद है भी पूले नू मारन पिछे कोई कहानी बनती है थोड़े समझ आती है बिल्कुल आती है की है पूले पूले की पूले की डैथ का की राज है जो गुगू की तुम गल कर रहे हो जेल के पिस्तौल पहुँच गया 38 बोर उन्होंने कहा भी मुद्दा ही मुका दो जो पूला इन्हें मारिया तो इन्हू भी मुकाओ वो गोली नहीं पूले दे पूले की मौत तो बाद जो नवतेज गुगू होनी जेल च होंगे ने तो 38 बोर का पिस्तौल तुम कहते हो जेल च गया वो बंदे ने जिन्हें हिट किया मारना रखना तगड़ा वो तो दिल के कोलों वो वजी गोली दिल से नहीं वजी गुगू दे 8 दिन उत्थे होस्पिटल दाखिल रहा एमएलआर कट्टी रोज़ बुलाते ही पुलिस ने बयान किसी ने बयान नहीं लिखे 8 दिन फिर कान सिंह पन्नू डीसी से उन्होंने कहा भी जेल से प्रस्ताव किदा गया जेल जिहड़ा डीसी हुंदा है वो मजिस्ट्रेट जेल भी उसके अंडर होंगी है वो स्कीजर मंगा के उन्होंने जिहड़ा गटर सीगा उहदे विच पाई पाई खिंचया तो 38 बोर वाला निकलिया मतलब गटर चुनू डिस्पोज ऑफ करता सिट की बोर सिट के मार के गोली सिटता उस तो बाद थोड़े दिन बाद कान सिंह पन्नू की बदली होगी उतो चल भी ये जी सारी गलबात है भी नवजीत गुगू ने गोली मारी गई सुर्खियां च नहीं आई आई है डोमेन च आई सी थोड़े दिमाग च नहीं होनी अखबारों च भी आती रही ठीक है लेकिन ये पिछे की आ कहानी किसी को समझ नहीं आई भी की होया एक जानलेवा हमला सी जेल च ज्यादा पर्सनली जो बंदा इंट्रस्ट कोई लाऊगा वो जे हूँ तुम रूटीन देखा अखबार भी गुगू की गोली बाजी अखबार सुटती ठीक है ना जेडे खादड़ा सी जसवंत सिंह वो सिरे 3-4 अखबारा लेंदे सी कित्थे कित्थे इनकाउंटर होया वो शमशान जाते सी शमशान च आप लकड़ा जिहड़ियां लैंदे आ बॉडी ब्रॉड बाय भरिया जाता वो लिख देंदे SHO भीखी पिंड जां SHO सुल्तानपुर आया लिया ब्रॉड बाय बंदा कौन उहदा नाम ही हुंदा सी उन्होंने 2-3 हज़ार लाशों का रिकॉर्ड इकट्ठा कर लिया सी गल ये भी तुम खबर पढ़ी तो सिटती डिटेल जान की गल है ना डिटेल जान की गल तो गुगू ने फिर गोली मारी तो स्क्वीजर के नाल 38 बोर का पिस्तौल अज भी कान सिंह पन्नू बैठे ने गोली क्यों मारी गई की ये पिछे तो मंतव की सी जिन्होंने पूला मरवाया उन्होंने ये डर हो गया भी कल ये बंदा कहानी करेगा भी मैं तो मारिया इन्हू भी मकाओ वो तो गोली बज गई जेल वो जेल च भी कद पिस्तौल गया यार जो मैं तो पूला तो यार 6 च लुधियाने से मैनू सजा हो गई ये पहला असी कट्ठे हो गए उत्थे उत्थे खन्ना सी सिंदर खन्ना डिप्टी सुपरिटेंडेंट उत्थे भी एक रस्सा बहुत वड्डा मिलिया बंदिया ने कहा भी अटैक करके इन्हों मार के कंध तो असी रस्सा सिट के टप जाएंगे उदो फिर साड़ी सिक्योरिटी स्पेशली टाइट की मेरी तो पूले सानू कट्ठा करता एक पासे असी कट्ठे रहे गल ये है भी जो कराने वाले ने ना वो सिरे तक जाते हैं अखीर तक पूले नू किवें मारिया गया पूले नू मारिया किवें गया तो चलो पता है लेकिन पूले की मौत किवें हुंदी है तुसी कहा भी उहदे बाद नवतेज गुगू ते भी हमला हुंदा है तो इट मीनस कि उहदे पिछे कोई बड़ी वड्डी ताकत सी पूले नू मरान पिछे किहदा इंटरस्ट सी कौन लोग सी मैं कहूं लोगों वार वार सारा दुश्मनी होर ना मैं ना छेड़ लगा अद्धे पंजाब नाल तो मैं पाई बैठा दुश्मनी हूँ मैं वो छेड़ागा होर नव चैप्टर छिड़ जाएगा उही कई दिन ने मुकना गल है आलमोस्ट सरकार जिहड़ी है सरकार नूं पता सी मजीठिया नूं पता सी किसी गल का कोई लकोर नहीं सी हाँ जिवें आम जिहड़े पब्लिक है उन्हां दा कोई नहीं इंट्रस्ट वो नहीं उन्नी दूर तक जाते असी बड़ी दूर तक जाके गहराई तक सारी कहानी कढ़ी वी गल की है वो क्लीयर हो गई हुण अज दी तरीक दे विच जिवें तुसीं कहा भी आ सारी गल्लां बातां सुप्रीम कोर्ट दे विच हुण तय तां सुप्रीम कोर्ट ने हुण करना है अगे सुमेर सिंह सैनी नूं की फड़ना है या उहनूं कस्टडी देनी है नहीं देनी लेकिन थोड़े हिसाब नाल एडा सौखा नहीं है डिस्पाइट द फैक्ट भी थोड़ियां गवाहियां वादा मुआफ गवाह इस दे बाद भी तुहानूं आस उम्मीद घट है देखो गल है वह आप कानून नूं जाणदा है तुसीं मैं आपां जाणदे आ आम जिहड़ा पब्लिक मैन है वह वकील कोल जाएगा वकील तो हमेशा पुठे राह पढ़ाते किसी फीस लैनी होंगी उस दी गल ही नहीं करते
ਸੁਮੇਧ ਸੈਣੀ ਨੂੰ ਕੋਈ ਕਿਸ ਤੋਂ ਸਲਾਹ ਲੈਣ ਦੀ ਲੋੜ ਨਹੀਂ, ਹੀ ਨੋਜ਼ ਈਚ ਐਂਡ ਐਵਰੀਥਿੰਗ, ਔਰ ਉਹਦੇ ਹੱਥਾਂ 'ਚ ਨਿਕਲਿਆ ਹੋਇਆ ਸਾਰਾ ਕੁਛ। ਠੀਕ ਹੈ ਜੀ, ਉਹਨੂੰ ਤੁਸੀਂ ਕਿਵੇਂ ਬੇਵਕੂਫ ਬਣਾਓਗੇ? ਬਾਕੀ ਠੀਕ ਹੈ, ਸਰਕਾਰ ਦੀ ਸਪੋਰਟ ਕਰ ਰਹੀ ਹੈ। ਉਹ ਅੰਦਰੋਂ ਤੁਸੀਂ ਕੀ ਚਾਹੁੰਦੇ ਹੋ? ਤੁਸੀਂ ਐਡਾ ਵੱਡਾ ਬਿਆਨ ਦਿੱਤਾ 164 ਦਾ, ਸੁਮੇਧ ਸਿੰਘ ਸੈਣੀ ਆਪਣੇ ਆਪਣੇ ਤਾਂ ਤੁਹਾਡੇ ਤਾਂ ਇੱਕ ਤਰੀਕੇ ਨਾਲ ਤੁਹਾਡਾ ਤਾਂ ਸਭ ਕੁਛ ਉਹੀ ਸੀ ਨਾ ਕਿਸੇ ਟਾਈਮ 'ਤੇ ਤੁਹਾਡਾ, ਐਡਾ ਵੱਡਾ ਬਿਆਨ ਤੁਸੀਂ ਜਦੋਂ ਦੇ ਦਿੰਦੇ ਹੋ ਤਾਂ ਅੰਦਰੋਂ ਤੁਹਾਡੀ ਕੀ ਇੱਛਾ ਹੈ? ਅੱਜ ਤੁਸੀਂ ਜਿਹੜੀਆਂ ਗੱਲਾਂ ਕਰ ਰਹੇ ਹੋ ਸੁਮੇਧ ਸਿੰਘ ਸੈਣੀ ਦੇ, ਜੇ ਮੈਂ ਦੁਖੀ ਹੋਇਆ ਹੋਊਂਗਾ ਤਾਂ ਮੈਂ ਕੋਰਟ 'ਚ ਮੇਰਾ ਦਿਮਾਗ ਫਿਰਿਆ ਸੀ, ਮੈਂ 2 ਘੰਟੇ ਜਾ ਕੇ ਬਿਆਨ ਦਿਖਾਇਆ ਉੱਥੇ, ਮੈਨੂੰ ਕੋਈ ਤਕਲੀਫ ਹੋਏਗੀ ਤਾਂ ਮੈਂ ਗਿਆ। ਮੈਂ ਇਹ ਨਹੀਂ ਅੱਜ ਉਹਦੀ ਕੋਈ ਮੈਂ ਇਹ ਨਹੀਂ ਕਹਿ ਰਿਹਾ ਵੀ ਉਹ ਚੰਗਾ ਬੰਦਾ, ਮੈਂ ਕਹਿੰਦਾ ਜੇ ਉਹ ਗੰਦਾ ਤਾਂ ਇਹ ਕਿੰਨੇ ਕੁ ਚੰਗੇ ਨੇ। ਉਹ ਗੱਲਾਂ ਮੈਂ ਸਾਰੀਆਂ ਤੁਹਾਡੇ ਸਾਹਮਣੇ ਰੱਖਤੀਆਂ, ਉਹ ਵਿਸਤਾਰ ਨਾਲ ਦੇਖ ਲਿਓ। ਜੇ ਉਸ ਵਿੱਚ ਕਿਸੇ ਨੂੰ ਸ਼ੱਕ ਹੋਵੇ, ਉਹ 15:50 ਸ਼ੇਰੇ ਪੰਜਾਬ ਕੁਲਦੀਪ ਸਿੰਘ ਨੂੰ ਪੁੱਛ ਲਿਓ ਵੀ ਇਹ ਭੱਜਿਆ ਸੀ ਕਿ ਨਹੀਂ ਭੱਜਿਆ ਸੀ ਰੇਡੀਓ 'ਤੇ, ਮੈਨੂੰ 9 ਵਜੇ ਰੋਜ਼ ਲਾਈਨ 'ਤੇ ਲੈ ਲੈਂਦੇ ਕੈਨੇਡਾ ਵਾਲੇ। ਠੀਕ ਹੈ, ਈਵਨ ਦੈਨ ਜੇ ਕੋਈ ਲੋੜ ਹੋਵੇ ਮੈਂ ਬਿਲਕੁਲ ਫੇਸ ਟੂ ਫੇਸ ਸਾਹਮਣੇ ਆ ਕੇ ਗੱਲ ਕਰ ਸਕਦਾ। ਬਾਬੇ ਨੂੰ ਵੀ ਇਹਨਾਂ ਗੱਲਾਂ ਦਾ ਕਿਹੜਾ ਪਤਾ ਨਹੀਂ, ਮੈਂ ਜਦੋਂ ਇਹਨਾਂ ਦੇ ਘਰ ਜਾਂਦਾ ਸੀ ਉਦੋਂ ਵੀ ਇਹ ਗੱਲਾਂ ਉੱਥੇ ਹੁੰਦੀਆਂ ਸੀ। ਬਾਬਾ ਮੀਨਸ ਪ੍ਰਦੀਪ ਵਿਰਕ ਦੀ ਗੱਲ ਕਰ ਰਿਹਾ, ਉਹਨੂੰ ਬਾਬਾ ਕਹਿੰਦੇ ਨੇ, ਸਮਝਿਆ। ਉਹ ਸੈਣੀ ਵੀ ਅੰਕਲ ਸੀ ਉਦੋਂ, ਹੁਣ ਸੈਣੀ ਮੁਲਜ਼ਮ ਹੈ, ਸਭ ਕੁਛ ਹੈ, ਉਹ ਪੈਰਵਾਈ ਕਰ ਰਿਹਾ, ਕਰ ਲਿਆ ਠੰਡੂ। ਠੀਕ ਹੈ ਨਾ, ਉਹਨੂੰ ਕਰਨ ਤੋਂ ਕੋਈ ਗੱਲ ਨਹੀਂ। ਕਹਾਣੀ ਇਹ ਹੈ ਵੀ ਜੇ ਆਪਾਂ ਅਸਲੀਅਤ 'ਚ ਆਈਏ, ਮੈਂ ਤੁਹਾਨੂੰ ਸਾਰੀ ਗੱਲ ਦੱਸਤੀ ਵੀ ਇਹਨਾਂ ਦਾ ਵਿੱਚੋਂ ਰੌਲਾ ਇਸ ਗੱਲ ਦਾ, ਇਹ ਨਿੱਜੀ ਮੁਫਾਦ ਲਈ ਲੜ ਰਹੇ ਨੇ, ਨਾ ਕਿ ਮੁਲਤਾਨੀ ਲਈ ਲੜ ਰਹੇ ਨੇ। ਆਹ ਸਰਤੇਜ ਨਰੂਲਾ, ਮੈਂ ਇਹਨੂੰ ਵੀ ਚੰਗੀ ਤਰ੍ਹਾਂ ਜਾਣਦਾ, ਉਹ ਮੈਨੂੰ ਜਾਣਦਾ, ਸਾਡੇ ਘਰ ਵੀ ਆਉਂਦਾ ਰਿਹਾ, ਉਹ ਮੇਰੇ ਨਾਲ ਕਰਾਇਓ ਗੱਲ ਜ਼ਰਾ। ਉਹ ਕਦੇ ਕੁਛ ਕਹਿੰਦਾ ਜੀ ਕੈਦ ਜੀ, ਉਹ ਕਾਹਦਾ ਵਕੀਲ ਆ, ਅਨਪੜ੍ਹਾਂ ਤੋਂ ਵੀ ਗਿਆ ਗੁਜ਼ਰਿਆ। ਉਹ ਜੱਜ ਸਾਹਿਬ ਨੇ ਉਹਨੂੰ ਕਿਹਾ ਵੀ ਤੂੰ ਵਕਾਲਤ ਜਾਣਦਾ ਹੈ ਮਾੜੀ ਮੋਟੀ, ਉਹ ਮੈਨੂੰ ਜਾਣਦਾ ਚੰਗੀ ਤਰ੍ਹਾਂ, ਮੈਂ ਉਹਨੂੰ ਵੀ ਜਾਣਦਾ। ਲੇਕਿਨ ਤਾਂ ਚਲੋ ਸਟੇਟ ਵੱਲੋਂ ਖੜੇ ਨੇ ਨਾ, ਉਹਦਾ ਕੀ ਲੈਣਾ ਦੇਣਾ? ਉਹ ਤਾਂ ਸਾਰੇ ਗੱਲ ਤੁਹਾਨੂੰ ਦੱਸ ਰਿਹਾ ਵੀ ਜਿਹੜਾ ਬੰਦਾ ਵਕੀਲ ਹੋ ਕੇ, ਮੈਂ ਇੰਸਪੈਕਟਰ ਹਾਂ, ਮੈਨੂੰ ਕਹਿ ਰਿਹਾ ਕੈਟ ਮੈਂ ਜੇ ਸਾਰੇ ਪਰਦੇ ਪਿਛਲੇ ਖੋਲ੍ਹਾਂ ਫਿਰ ਚੰਗੇ ਰਹੂੰਗੇ। ਅਸ਼ੋਕ ਅਗਰਵਾਲ ਇਹ ਸਾਰੇ ਮੇਰੇ ਘਰ ਬੈਠੇ ਹੁੰਦੇ ਸ਼ਾਮ ਨੂੰ, ਉਹ ਹਾਈ ਕੋਰਟ ਦਾ ਐਡਵੋਕੇਟ ਜਾਂਦਾ ਸੀ ਅਸ਼ੋਕ ਅਗਰਵਾਲ, ਕਿਤੇ ਉਹ ਚੈਪਟਰ ਦੇ ਉੱਧਰ ਵੀ ਆ ਜਾਵਾਂਗੇ, ਫਿਰ ਕੋਈ ਨਹੀਂ ਮਾਰ ਲਾਂਗੇ ਦੇਖਾ ਉੱਧਰ ਵੀ ਕਿਸ਼ਤਾਂ ਦੇ ਵਿੱਚ, ਜਿਵੇਂ ਉਹਨਾਂ ਦਾ ਸੀਜ਼ਨ ਹੁੰਦੇ ਨੇ, ਕਿਸ਼ਤਾਂ ਹੁੰਦੀਆਂ ਨੇ, ਉਵੇਂ ਖੁਲਾਸੇ ਉਹਨਾਂ ਨੇ। ਬਹਰਹਾਲ ਪਿੰਕੀ ਜੀ, ਇਸ ਸੀਜ਼ਨ ਲਈ ਇੰਨਾ ਬਹੁਤ ਹੈ, ਮੈਨੂੰ ਲੱਗਦਾ ਅੱਜ ਦੀ ਛੱਡੀ ਸਾਡੀ ਗੱਲਬਾਤ ਹੈ, ਸਾਡੇ ਦਰਸ਼ਕਾਂ ਲਈ ਬਹੁਤ ਜ਼ਿਆਦਾ ਵੇਵਲੈਂਥ ਅਤੇ ਫ੍ਰੀਕੁਐਂਸੀ, ਈਵਨ ਕਹਿੰਦਾ ਬੈਂਡਵਿਡਥ ਵੀ ਚਾਹੀਦੀ ਹੁੰਦੀ ਹੈ, ਸਾਰੇ ਜਿਹੜੇ ਤੱਥ ਤੁਸੀਂ ਉਜਾਗਰ ਕੀਤੇ ਨੇ ਉਹਨਾਂ ਨੂੰ ਉਭਾਰਨ ਲਈ। ਲੇਕਿਨ ਜਿੰਨੀਆਂ ਗੱਲਾਂ ਕੀਤੀਆਂ ਨੇ ਤੁਸੀਂ ਸੱਚੀਆਂ ਕੀਤੀਆਂ ਨੇ, ਇਸ ਗੱਲ ਨੂੰ ਦੇਖੋ ਜੀ, ਮੇਰਾ ਟੈਲੀਫੋਨ ਨੰਬਰ ਦੱਸ ਦਿਓ ਤੁਸੀਂ, ਕਿਸੇ ਨੂੰ ਕੋਈ ਸ਼ੱਕ ਹੋਵੇ ਮੈਨੂੰ ਰਾਤ ਨੂੰ 12 ਵਜੇ ਫੋਨ ਕਰੋਗੇ, ਮੈਂ 12:30 ਉੱਠ ਕੇ ਆ ਜਾਊਂਗਾ ਤੁਹਾਡੇ ਕੋਲ। ਠੀਕ ਹੈ ਨਾ, ਮੈਂ ਨਾ ਫੇਸ ਟੂ ਫੇਸ ਮੈਂ ਸ਼ੁਰੂ ਤੋਂ ਕਹਿੰਦਾ ਆ ਰਿਹਾ। ਜਿੰਨੀਆਂ ਗੱਲਾਂ ਕਹੀਆਂ, ਲਾਇਬਿਲਿਟੀ ਵਕੀਲਾਂ ਦੇ ਪਰਿਵਾਰ ਨੇ ਤੁਹਾਨੂੰ ਡੈਫੇਮੇਸ਼ਨ ਲਈ, ਡੈਮੇਜਸ ਲਈ ਕਲੇਮ ਕਰਨਗੇ, ਐਡੇ ਵੱਡੀ ਵੱਡੀ ਗੱਲਾਂ ਤੁਸੀਂ ਕਰਤੀਆਂ ਨੇ। ਮੈਂ ਕੋਈ ਝੂਠ ਤਾਂ ਬੋਲਿਆ ਨਹੀਂ, ਜੇ ਮੈਂ ਪਹਿਲਾਂ 20 ਸਾਲ ਕੱਟ ਲਓ ਮੈਂ ਕੱਟ ਲਊਂਗਾ, ਹੋਰ ਜੇ ਸੱਚ ਬੋਲਣਾ ਇਸ ਮੁਲਕ 'ਚ ਪਾਪ ਹੈ ਤਾਂ ਫਿਰ ਮੈਂ ਪਾਪ ਕੀਤਾ, ਕੋਈ ਗੱਲ ਨਹੀਂ। ਇਹ ਗੱਲਾਂ ਤੋਂ ਮੈਂ ਭੱਜਾਂ, ਮੈਂ ਕਿਸੇ ਦੇ ਸਾਹਮਣੇ ਨਾ ਖੜਾ ਫਿਰ ਤਾਂ ਮੈਂ ਚੋਰ ਹੈਗਾ। ਜੇ ਮੈਂ ਆਪਣੇ ਸਾਹਮਣੇ ਖੜ ਕੇ ਇਹਨਾਂ ਗੱਲਾਂ ਨੂੰ, ਜਿਹੜਾ ਪਰਚਾ ਲਾਡੂ ਗੱਲ ਦਰਜ ਹੋਇਆ ਉਹ ਵੇਰੀਫਾਈ ਹੋ ਸਕਦਾ, ਜਿਹੜਾ ਖਾਲਸੇ ਨੂੰ ਅੰਮ੍ਰਿਤਪਾਲ ਖਾਲਸੇ ਨੂੰ ਭਜਾਉਣ ਦਾ ਉਹ ਜਿਹੜਾ ਪਰਚਾ ਸਦਰ ਜਲੰਧਰ ਉਹ ਵੇਰੀਫਾਈ ਹੋ ਸਕਦਾ, ਰਾਜੇ ਕੰਦੋੜੇ ਵਾਲਾ 2 ਕਿਲੋ ਪਾਊਡਰ ਉਹ ਵੇਰੀਫਾਈ ਹੋ ਸਕਦਾ, ਨਾ ਵੀ ਜੇਲ੍ਹ 'ਚ ਹੋ ਸਕਦਾ। ਜਿਹੜੀਆਂ ਕੋਈ ਹੋਰ ਗੱਲਾਂ ਮਾੜੀਆਂ ਮੋਟੀਆਂ ਰਹਿੰਦੀਆਂ ਕਰ ਦਾਂਗੇ ਕਲੀਅਰ, ਉਹ ਵੀ ਕੋਈ ਗੱਲ ਨਹੀਂ। ਚਲੀ, ਬਹੁਤ ਬਹੁਤ ਧੰਨਵਾਦ ਪਿੰਕੀ ਸਾਹਿਬ, ਤੁਸੀਂ ਆਏ ਸਟੂਡੀਓ ਦੇ ਵਿੱਚ। ਗੁਰਮੀਤ ਸਿੰਘ ਪਿੰਕੀ ਜੋ ਕਿ ਛਾਤੀ ਠੋਕ ਕੇ ਕਹਿ ਰਹੇ ਨੇ ਵੀ ਜਿੰਨੀ ਵੀ ਗੱਲਾਂ ਬਾਤਾਂ ਇਹਨਾਂ ਨੇ ਪਿਛਲੇ ਐਪੀਸੋਡਾਂ 'ਚ ਕਹੀਆਂ ਜਾਂ ਅੱਜ ਵੀ ਕਹਿ ਰਹੇ ਨੇ, ਅੱਜ ਦੀ ਤੁਸੀਂ ਬਹੁਤ ਵੱਡੀਆਂ ਗੱਲਾਂ ਹੈ, ਬਹੁਤ ਡੂੰਘੀਆਂ ਗੱਲਾਂ ਨੇ, ਬਹੁਤ ਹੀ ਭੇਦ ਭਰੀਆਂ ਗੱਲਾਂ ਨੇ, ਖੁਲਾਸੇ ਜਿਹੜੇ ਇਹਨਾਂ ਨੇ ਕੀਤੇ ਨੇ। ਲੇਕਿਨ ਇਹਨਾਂ ਦੇ ਉੱਤੇ ਪਹਿਰਾ ਦੇਣ ਨੂੰ ਵੀ ਤਿਆਰ ਨੇ, ਇਹਨਾਂ ਦੇ ਉੱਤੇ ਤਸਦੀਕ ਕਰਵਾਉਣ ਨੂੰ ਕਰਨ ਨੂੰ ਵੀ ਤਿਆਰ ਨੇ, ਅਤੇ ਇਹਨਾਂ ਦਾ ਚੁਣੌਤੀ ਹੈ, ਦਾਅਵਾ ਵੀ, ਜੇ ਕਿਸੇ ਨੂੰ ਕੁਝ ਚੈਲੇਂਜ ਹੈ ਇਹਨਾਂ ਦਾ ਫੋਨ ਨੰਬਰ ਲੈ ਲੈਣ, ਅਤੇ ਇਹਨਾਂ ਨਾਲ ਗੱਲ ਕਰ ਲੈਣ, ਸਭ ਚੀਜ਼ਾਂ ਪਰਤਾਂ ਉਧੇੜ ਦੇਣਗੇ। ਲੇਕਿਨ ਗੱਲ ਉਹੀ ਹੁੰਦੀ ਹੈ ਵੀ ਚੁਣੌਤੀਆਂ ਜਿੰਨੀਆਂ ਮਰਜ਼ੀ ਦੇ ਦਿਓ, ਲੇਕਿਨ ਜਿੰਨਾ ਤੁਸੀਂ ਖੰਗਾਲੂਗੇ ਇਹਨਾਂ ਦੇ ਵਿੱਚੋਂ, ਓਨਾ ਹੀ ਤੁਹਾਨੂੰ ਪਿਟਾਰਾ ਜਾਂ ਓਨੇ ਹੀ ਤੱਥ ਹੋਰ ਨਿਕਲਣਗੇ ਜੋ ਜ਼ਿਆਦਾ ਡਿਸਟਰਬਿੰਗ ਹੋਣਗੇ। ਅਤੇ ਇਹੀ ਚੀਜ਼ਾਂ ਅਸੀਂ ਦੇਖ ਰਹੇ ਹਾਂ ਪਿਛਲੇ ਐਪੀਸੋਡ ਵਿੱਚ, ਹੁਣ ਦੇ ਜਿਹੜੇ ਇਸ ਤਾਜ਼ਾ ਜਿਹੜਾ ਇੰਟਰਵਿਊ ਹੈ ਉਹਦੇ ਵਿੱਚ ਜਿਹੜੀਆਂ ਚੀਜ਼ਾਂ ਨਿਕਲ ਰਹੀਆਂ ਨੇ। ਮੁੱਦਾ ਇਹ ਵੀ ਇੰਟਰਵਿਊਆਂ ਦੇ ਮਾਰਫਤ ਇਹ ਚੀਜ਼ਾਂ ਅਸੀਂ ਤੁਹਾਡੇ ਤੱਕ ਲਿਆ ਪਾਏ ਹਾਂ, ਲੇਕਿਨ ਗੱਲ ਤਾਂ ਸਰਕਾਰਾਂ ਦੀ, ਤਫਤੀਸ਼ਾਂ ਦੀ ਹੈਗੀਆਂ। ਹੁਣ ਇਹਨਾਂ ਦੇ ਤੱਥ ਨੂੰ ਕੋਈ ਕਹਿ ਸਕਦਾ ਵੀ ਅਸੀਂ ਫਰੋਲੀਏ,
या मीडिया एक किवें पब्लिक च डोमेन गलां बातें लिया रहा है बिना किसी अथेंटिकेशन दे बिना वेरीफिकेशन दे साडे कोल तां बैठे हैगे ने हुण तां सरकारां दे एजेंसियां चाहन तां पड़ताल कराण फिर वो मामले दे जिन्हें इन्होंने गलां बातें कही ने जे इन्नी हिम्मत है जरूरत हैगी सरकारां दे विच जाके पिछले परचे कढ के वह तत्थां नूं कढ के फरोलन तो फिर दुध का दुध पानी का पानी होवे लेकिन यह होना थोड़ा है सानूं भी पता नहीं होना बहरहाल साडा काम तो यही है भी असी जिन्ना भी सच जो साडी समझ विच आंदा है कि जिहड़े सवाल साडे बणदे ने असी थोड़े सामने लियाईए तो उस पूरी कोशिश दे विच उस पूरी मुहिम दे विच सानूं बहुत से ऐसे लोगों की लोड़ रहिंदी है। गुरमीत पिंकी होना के इंटरव्यू तो बाद इन्हां दा इंटरव्यू चलण तो बाद सानूं बहुत से ऐसे लोग अप्रोच किया कर रहे हैं जिन्हां दे आने वाले दिनों असी होर नवे इंटरव्यू लैके थोड़े सामने हाजिर होवांगे उह सारे लोग अपनी हडबीती दस रहे हैं सच्चाई दस रहे हैं तथ्य दस रहे हैं लेकिन त्रासदी यह हैगी भी उन्होंने उत्ते कोई कार्रवाई सरकारां करन नूं तैयार नहीं इन्हां तत्थां सरकारां जानन तैयार नहीं होर उन्होंने को बथेरियां चीज़ां नहीं बथेरा टाइम है। बहरहाल उम्मीद करांगे तुहानूं साडी गलबात गुरमीत पिंकी होना के जिहड़े खुलासे ने वो ठीक लगे होणगे कोई सवाल होएगा असीं तुहानूं एक फीडबैक रिस्पोंस कोड दांगे अपना ईमेल दांगे फोन नंबर दांगे जिथे तुसीं वो सवाल पूछ सकते हो इन्हां नाल गल भी करवाउण दी कोशिश रहेगी ते जे अग्गे दी कोई सीरीज़ बनी होर इंटरव्यू की लोड़ हुई तो वह भी जरूर गुरमीत सिंह पिंकी होना करांगे। बहुत बहुत धन्यवाद इस शो नूं देखने लई पिंकी जी बहुत बहुत धन्यवाद।